ਹਾਲੇਲੂਯਾ। ਦੇਖਿਆ ਜੀ ਬੀਜ ਬੀਜਣ ਵਾਲਾ ਜਦੋਂ ਨਿਕਲਦਾ ਹੈ ਉਹ ਕਿੱਦਾਂ ਉਹੀ ਬਾਰਿਸ਼ ਦੋਵਾਂ ਤੇ ਕੰਮ ਕਰਦੀ ਹੈ। ਹਾਲੇਲੂਯਾ। ਕਣਕ ਉੱਤੇ ਵੀ ਔਰ ਜ਼ਮੀਨ ਉੱਤੇ ਵੀ। ਇਸ ਲਈ ਕੋਈ ਚੀਜ਼ ਨਹੀਂ ਹੈ ਜਿਹੜੀ ਸਾਨੂੰ ਬਦਲ ਸਕੇ। ਯਿਸੂ ਮਸੀਹ ਬਦਲ ਦੇਣ ਦੀ ਸਮਰੱਥ ਹੈ। ਹਾਲੇਲੂਯਾ। ਤਾਂ ਉਹ ਸਾਡੇ ਅੰਦਰ ਪੂਰਾ ਕੰਮ ਕਰ ਸਕੇ। ਇਹਦੇ ਲਈ ਜ਼ਰੂਰੀ ਹੈ ਕਿ ਸਾਡੇ ਅੰਦਰ ਦੀਆਂ ਸਭ ਚੀਜ਼ਾਂ ਇਸ ਬਾਈਬਲ ਦੇ ਅਨੁਸਾਰ ਹੋਣ। ਨਬੀ ਨੇ ਕਿਹਾ ਕਿ ਇਹ ਇਹੋ ਹੀ ਕਾਰਨ ਹੈ ਕਿ ਪਰਮੇਸ਼ਰ ਸਾਡੇ ਅੰਦਰ ਨਹੀਂ ਆ ਸਕਦਾ ਜਦ ਤੱਕ ਅਸੀਂ ਸਾਰੀਆਂ ਗੱਲਾਂ ਬਾਈਬਲ ਦੇ ਮੁਤਾਬਕ ਠੀਕ ਨਾ ਕਰ ਲਈਏ। ਪਹਿਲੇ ਕਿ ਪਰਮੇਸ਼ਰ ਸਾਡੇ ਅੰਦਰ ਆਵੇ ਸਾਨੂੰ ਪੂਰਾ ਬਦਲੇ। ਮੈਂ ਤਾਂ ਪੁੱਛਦਾ ਤੁਸੀਂ ਇਕੱਲੀਆਂ ਝੁੰਝਲੀਆਂ ਚਾਹੁੰਦੇ ਹੋ ਹਾਲੇਲੂਯਾ ਜਾਂ ਕੀ ਇਕੱਲਾ ਰੋਲਾ ਚਾਹੁੰਦੇ ਹੋ ਜਾਂ ਉਸ ਨਵਾਂ ਜਨਮ ਚਾਹੁੰਦੇ ਹੋ ਜਿਹੜਾ ਪੂਰਾ ਬਦਲਦਾ ਹੈ। ਸਾਨੂੰ ਪਸੀਨਾ ਆ ਸਕਦਾ ਹੈ, ਪਸੀਨੇ ਨੇ ਸੁੱਕ ਜਾਣਾ, ਸਾਡੇ ਰੋਗ ਤੇ ਖੜੇ ਹੋ ਸਕਦੇ ਹੋ ਫਿਰ ਬਹਿ ਜਾਣੇ। ਹਾਲੇਲੂਯਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇੱਕ ਆਤਮਾ ਚ ਭਰਿਆ ਹੋਇਆ ਬੰਦਾ ਉਛਲ ਨਹੀਂ ਸਕਦਾ। ਅਬਰਾਹਮ ਨੇ ਕਿਹਾ ਰੋਲਾ ਪਾ ਸਕਦਾ ਹੈ, ਉਹ ਨੱਚ ਸਕਦਾ ਹੈ, ਉਹ ਚੁੱਚੀ ਗਾ ਸਕਦਾ ਹੈ। ਉਹ ਤੁਹਾਨੂੰ ਪਤਾ ਉਹਨੇ ਉਦਾਹਰਨਾਂ ਵੀ ਦਿੱਤੀਆਂ। ਉਹਨੇ ਇੱਥੋਂ ਤੱਕ ਕਿਹਾ ਕਿ ਇੱਥੇ ਰੋਲਾ ਨਹੀਂ ਉੱਥੇ ਜੀਵਨ ਨਹੀਂ, ਸਭ ਹੋ ਸਕਦਾ ਹੈ। ਆਮੀਨ। ਲੇਕਿਨ ਇਹੋ ਸਭ ਕੁਛ ਨਹੀਂ ਹੈ, ਉਹ ਇਹ ਦੱਸਣਾ ਚਾਹੁੰਦਾ ਹੈ। ਇਹੋ ਸਭ ਕੁਛ ਨਹੀਂ, ਕਿਉਂਕਿ ਜੋ ਅਸਲੀ ਗੱਲ ਕੀ ਹੈ ਕਿ ਜੋ ਬੀਜਿਆ ਗਿਆ ਉਸ ਨੂੰ ਹੀ ਸਿੱਟੇ ਉੱਤੇ ਦਿਖਾਉਣਾ। ਹਾਲੇਲੂਯਾ। ਆਮੀਨ। ਉਹ ਬੀਜਿਆ ਬਚਨ ਗਿਆ, ਉਹ ਜਦੋਂ ਬਚਨ ਕਿਸੇ ਬੰਦੇ ਦੇ ਅੰਦਰ ਹੈ ਤਾਂ ਉਹਦੇ ਕੰਮਾਂ ਤੋਂ ਉਹਦੇ ਫਲਾਂ ਤੋਂ ਕੁਛ ਨਹੀਂ ਦਿਖੇਗਾ। ਹਾਲੇਲੂਯਾ। ਆਮੀਨ। ਇਸ ਲਈ ਬਾਈਬਲ ਬਿਆਨ ਕਰਦੀ ਮਨੁੱਖ ਨੂੰ ਨਵੇਂ ਸਿਰੇ ਜਨਮ ਲੈਣਾ ਬਹੁਤ ਜ਼ਰੂਰੀ ਹੈ। ਧੰਨਵਾਦ ਹੋਵੇ। ਆਓ ਇੱਕ ਚੱਲਦੇ ਹਾਂ, ਮੇਰੇ ਨਾਲ ਕੱਢੀਏ ਪਹਿਲਾ ਸਾਮੂਅਲ 28 ਅਧਿਆਇ। ਪਹਿਲਾ ਸਾਮੂਅਲ 28 ਅਧਿਆਇ। ਦੁਸ਼ਟ ਆਤਮਾਵਾਂ ਵੀ ਕਿੰਨਾ ਹੱਕ ਰੱਖਦੀਆਂ, ਰੂਹਾਂ ਵੀ ਕਿੰਨਾ ਉਹਦੇ ਲਾਗੇ ਜਾ ਸਕਦੀਆਂ ਬਿਲਕੁਲ ਅਸਲੀਅਤ ਦੇ, ਪਰ ਅਖੀਰ ਪਰਮੇਸ਼ੁਰ ਅਸਲੀਅਤ ਨੂੰ ਹੀ ਸਾਬਿਤ ਕਰਦਾ ਹੈ। ਹਾਲੇਲੂਯਾ। ਪਹਿਲਾ ਸਾਮੂਅਲ 28 ਅਧਿਆਇ। ਯਹੋਵਾ ਨੇ ਉਹਨੂੰ ਨਾ ਸੁਪਨਿਆਂ ਦੇ ਨਾ ਉਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ। ਸੁਣਦੇ ਤੇ ਜਿਸ ਵੇਲੇ ਸ਼ਾਉਲ ਨੇ ਯਹੋਵਾ ਕੋਲੋਂ ਸਲਾਹ ਪੁੱਛੀ ਤਾਂ ਯਹੋਵਾ ਨੇ ਉਹਨੂੰ ਨਾ ਸੁਪਨਿਆਂ ਦੇ ਨਾ ਉਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ। ਤਦ ਸ਼ਾਉਲ ਨੇ ਆਪਣੇ ਟਹਿਲੂਆਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਤੀਵੀਂ ਭਾਲੋ ਜਿਸ ਦੇ ਭੂਤ ਮਿੱਤਰ ਹੋਣ, ਜੋ ਮੈਂ ਉਸਦੇ ਕੋਲ ਜਾਵਾਂ ਅਤੇ ਉਸ ਕੋਲ ਪੁੱਛਾਂ। ਸੋ ਉਹਦੇ ਟਹਿਲੂਆਂ ਨੇ ਉਹਨੂੰ ਆਖਿਆ, ਵੇਖੋ ਇੰਦੌਰ ਦੇ ਵਿੱਚ ਇੱਕ ਤੀਵੀ ਹੈ ਜਿਸ ਦਾ ਭੂਤ ਮਿੱਤਰ ਹੈ। ਹਾਲੇਲੂਯਾ। ਜਿਸ ਦਾ ਭੂਤ ਮਿੱਤਰ ਹੈ। ਸੋ ਸ਼ਾਉਲ ਨੇ ਆਪਣਾ ਭੇਸ ਮਿਟਾ ਕੇ ਹੋਰ ਕੱਪੜੇ ਪਾ ਲਏ ਅਤੇ ਗਿਆ ਅਤੇ ਦੋ ਜਾਣੇ ਉਹਦੇ ਨਾਲ ਸਨ ਅਤੇ ਰਾਤ ਨੂੰ ਉਸ ਤੀਵੀ ਕੋਲ ਪਹੁੰਚਿਆ ਅਤੇ ਉਸਨੂੰ ਆਖਿਆ, ਵਿਆਹ ਕਰਕੇ ਆਪਣੇ ਪੁੱਤਰ ਭੂਤ ਮਿੱਤਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਹਨਾਂ ਨਾਮ ਮੈਂ ਤੈਨੂੰ ਦੱਸਾਂ ਉਹਨੂੰ ਮੇਰੇ ਲਈ ਉਤਾਹਣ ਲਿਆ। ਤਦ ਉਸ ਤੀਵੀ ਨੇ ਉਹਨੂੰ ਆਖਿਆ, ਵੇਖ ਤੂੰ ਜਾਣਦਾ ਹੈ ਵੀ ਸ਼ਾਉਲ ਨੇ ਕੀ ਕੀਤਾ, ਕਿਵੇਂ ਉਹਨੇ ਉਹਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓ ਯਾਰਾਂ ਨੂੰ ਦੇਸ਼ ਵਿੱਚੋਂ ਮੁਕਾ ਸੁੱਟਿਆ, ਫਿਰ ਤੂੰ ਮੇਰੀ ਜਿੰਦ ਕਾਹਨੂੰ ਫਸਾਉਂਦਾ ਹੈ ਜੋ ਮੈਨੂੰ ਮਰਵਾ ਸਕੇ। ਤਦ ਸ਼ਾਉਲ ਨੇ ਯਹੋਵਾ ਦੀ ਸਹੁੰ ਚੁੱਕ ਕੇ ਆਖਿਆ, ਭਾਈ ਜਿਉਂਦੇ ਯਹੋਵਾ ਦੀ ਸਹੁੰ, ਇਸ ਗੱਲ ਦਾ ਤੈਨੂੰ ਕੁਝ ਡਰ ਨਾ ਮਿਲੇਗਾ। ਤਦ ਉਹ ਤੀਵੀ ਬੋਲੀ, ਮੈਂ ਤੇਰੇ ਲਈ ਕਿਸ ਨੂੰ ਮੰਗਾਵਾਂ। ਉਸ ਬੋਲਿਆ, ਮੇਰੇ ਲਈ ਸਾਮੂਅਲ ਨੂੰ ਮੰਗਾ। ਜਿਸ ਵੇਲੇ ਉਸ ਤੀਵੀ ਨੇ ਸਾਮੂਅਲ ਨੂੰ ਵੇਖਿਆ ਤਾਂ ਉੱਚੀ ਆਵਾਜ਼ ਨਾਲ ਚਿਚਲਾਈ ਅਤੇ ਉਸ ਤੀਵੀ ਨੇ ਸ਼ਾਉਲ ਨੂੰ ਆਖਿਆ, ਤੁਸਾਂ ਮੇਰੇ ਨਾਲ ਛਲ ਕਾਹਨੂੰ ਕੀਤਾ, ਕੁਝ ਸ਼ਾਉਲ ਤਾਂ ਤੁਸੀਂ ਹੀ ਹੋ। ਤਦ ਪਾਤਸ਼ਾਹ ਨੇ ਉਸ ਨੂੰ ਆਖਿਆ, ਘਬਰਾ ਨਾ, ਮੈਂ ਕੀ ਵੇਖਿਆ ਹੈ? ਉਸ ਤੀਵੀ ਨੇ ਸ਼ਾਉਲ ਨੂੰ ਆਖਿਆ, ਮੈਂ ਦੇਵਤੇ ਨੂੰ ਧਰਤੀ ਵਿੱਚੋਂ ਚੜ੍ਹਦਾ ਵੇਖਦੀ ਹਾਂ। ਤਦ ਉਹਨੇ ਉਸ ਨੂੰ ਆਖਿਆ, ਉਹਦੀ ਡੋਲ ਦੱਸ। ਉਹ ਬੋਲੀ, ਇੱਕ ਬੁੱਢਾ ਮਨੁੱਖ ਉਤਾਂਹ ਆਉਂਦਾ ਹੈ ਅਤੇ ਚਾਦਰ ਨਾਲ ਢੱਕਿਆ ਹੋਇਆ ਹੈ। ਤਦ ਸ਼ਾਉਲ ਨੇ ਜਾਣਿਆ ਜੋ ਉਹ ਸਾਮੂਅਲ ਹੈ ਅਤੇ ਉਹਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ।
ਤਦ ਸੈਮੂਅਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁੱਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ? ਸ਼ਾਊਲ ਬੋਲਿਆ, ਮੈਂ ਬਹੁਤ ਦੁੱਖ ਵਿੱਚ ਪਿਆ ਹੋਇਆ ਹਾਂ, ਕਿਉਂ ਜੋ ਫਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ, ਨਾ ਨਵੀਆਂ ਦੇ ਰਾਹੀਂ ਨਾ ਸੁਪਨਿਆਂ ਦੇ। ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੀ ਕਿ ਮੈਂ ਕੀ ਕਰਾਂ। ਤਦ ਸੈਮੂਅਲ ਨੇ ਆਖਿਆ, ਜਦ ਯਹੋਵਾ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ, ਤਾਂ ਫਿਰ ਮੈਨੂੰ ਕਾਹਨੂੰ ਪੁੱਛਦਾ ਹੈ? ਯਹੋਵਾ ਨੇ ਤਾਂ ਆਪਣੀ ਵੱਲੋਂ ਹੀ ਉਹੀ ਕੀਤਾ ਜੋ ਉਸਨੇ ਮੇਰੇ ਰਾਹੀਂ ਆਖਿਆ ਸੀ। ਯਹੋਵਾ ਨੇ ਤੇਰੇ ਹੱਥੋਂ ਰਾਜ ਖੋਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ ਹੈ। ਇਸ ਲਈ ਜੋ ਤੂੰ ਯਹੋਵਾ ਦਾ ਵਚਨ ਨਾ ਮੰਨਿਆ ਅਤੇ ਤੂੰ ਅਮਾਲੇਕ ਦੇ ਨਾਲ ਉਹਦੇ ਕ੍ਰੋਧ ਦੀ ਅੱਗ ਅਨੁਸਾਰ ਕੰਮ ਨਾ ਕੀਤਾ, ਇਸ ਕਰਕੇ ਅੱਜ ਯਹੋਵਾ ਨੇ ਤੇਰੇ ਨਾਲ ਇਹ ਕੀਤਾ। ਨਾਲ ਯਹੋਵਾ ਤੇਰੇ ਸਣੇ ਇਸਰਾਇਲ ਨੂੰ ਫਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਭਲਕੇ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ ਅਤੇ ਇਸਰਾਇਲੀ ਦਲ ਨੂੰ ਵੀ ਯਹੋਵਾ ਫਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ। ਹਾਲੇਲੂਇਆ, ਆਮੀਨ, ਆਮੀਨ। ਉਹਦੇ ਨਾਮ ਮਹਿਮਾ ਮਿਲੇ, ਆਮੀਨ। ਹਾਲੇਲੂਇਆ, ਆਮੀਨ। ਦੇਖੋ ਭੈਣੋ ਭਰਾਵੋ, ਜੈ ਵੀ ਕਿਹਾ ਕਿ ਇਸ ਤੋਂ ਪਹਿਲੇ ਕਿ ਆਪਾਂ ਇਹਨਾਂ ਉਸ ਜਿਹੜੇ ਸਿਰਫ ਛੋਣ ਵਾਲੇ ਅਭਿਸ਼ੇਕ ਤੋਂ ਉੱਪਰ ਉੱਠੀਏ, ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਸਾਡਾ ਨਵਾਂ ਜਨਮ ਨਹੀਂ ਹੁੰਦਾ। ਇਸੇ ਨਵੇਂ ਸਾਲ ਬੁੱਧਵਾਰ ਦੀ ਰਾਤ ਅਸੀਂ ਇਹੀ ਪ੍ਰਚਾਰ ਕੀਤਾ ਕਿ ਜੋ ਮਸੀਹ ਚ ਹੈ ਉਹ ਨਵੀਂ ਸ੍ਰਿਸ਼ਟੀ ਹੈ। ਹਾਲੇਲੂਇਆ, ਆਮੀਨ। ਕਬਰਾਨਮ ਨੇ ਕਿਹਾ, ਬਹੁਤ ਵਾਰੀ ਲੋਕ ਅਸੀਂ ਲੋਕਾਂ ਨੂੰ ਮਸੀਹੀ ਘੋਸ਼ਿਤ ਕਰ ਦਿੱਤਾ ਹੈ ਜਦੋਂ ਉਹਨਾਂ ਨੇ ਕਿਹਾ ਮੈਂ ਯਿਸੂ ਚ ਵਿਸ਼ਵਾਸ ਕਰਦਾ ਹਾਂ। ਕਈ ਵਾਰੀ ਬਹੁਤਿਆਂ ਨੂੰ ਇਸੇ ਕਰਕੇ ਮਸੀਹੀ ਘੋਸ਼ਿਤ ਕਰ ਦਿੰਦੇ ਆ ਕਿਉਂਕਿ ਉਹ ਇਹ ਕਹਿੰਦੇ ਆ ਕਿ ਮੈਂ ਯਿਸੂ ਚ ਵਿਸ਼ਵਾਸ ਕਰਦਾ ਹਾਂ। ਫਿਰ ਉਹਨੇ ਕਿਹਾ, ਕਿਉਂਕਿ ਬਦਰੂਵਾਂ ਵੀ ਇਹੋ ਹੀ ਵਿਸ਼ਵਾਸ ਕਰਦੀਆਂ ਹਨ ਅਤੇ ਕੰਬਦੀਆਂ ਹਨ। ਇਹ ਕੋਈ ਨਿਸ਼ਾਨ ਨਹੀਂ ਕਿ ਤੁਸੀਂ ਬਚ ਗਏ। ਬਹੁਤ ਵਾਰੀ ਆਪਾਂ ਇਹ ਕਹਿੰਦੇ, ਬੰਦਾ ਕਹਿੰਦਾ ਮੈਂ ਪ੍ਰਭੂ ਚ ਵਿਸ਼ਵਾਸ ਕਰਦਾ, ਹਾਂ ਉਹ ਵਿਸ਼ਵਾਸ ਕਰਦਾ ਹੈ, ਪਰ ਦੁਸ਼ਟ ਆਤਮਾਵਾਂ ਵੀ ਇਹੀ ਵਿਸ਼ਵਾਸ ਕਰਦੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ। ਇਸ ਕਰਕੇ ਇਹ ਕੋਈ ਬਚ ਜਾਣ ਦਾ ਸਬੂਤ ਨਹੀਂ ਹੈ। ਅਬਰਾਹਮ ਨੇ ਕਿਹਾ, ਦੇਖੋ ਅਬਰਾਹਮ ਵਿਸ਼ਵਾਸੀਆਂ ਦਾ ਪਿਤਾ ਹੈ। ਅਬਰਾਹਮ ਨੇ ਕਿੰਨਾ ਮਜ਼ਬੂਤ ਵਿਸ਼ਵਾਸ ਕੀਤਾ। ਉਸ ਭੈਣ ਉਹਨੂੰ 75 ਸਾਲ ਦੀ ਉਮਰ ਚ ਇਹ ਕਿਹਾ ਸੀ ਕਿ ਤੇਰੇ ਪੁੱਤਰ ਹੋਵੇਗਾ, 75 ਸਾਲ ਦੀ ਉਮਰ ਚ ਇੱਕ ਬਜ਼ੁਰਗ ਨੂੰ। ਹਾਲੇਲੂਇਆ, ਪਰ ਇਹ ਦੇਖਦੇ ਹਾਂ ਕਿ 25 ਸਾਲ ਤੱਕ ਉਹ ਵਿਸ਼ਵਾਸ ਤੇ ਖੜਾ ਰਿਹਾ, ਇਸੇ ਵਿਸ਼ਵਾਸ ਤੇ ਖੜਾ ਰਿਹਾ ਕਿ ਪ੍ਰਭੂ ਨੇ ਮੈਨੂੰ ਬੋਲਿਆ ਹੈ ਔਰ ਪੂਰਾ ਕਰੇਗਾ। ਕਿੰਨਾ ਮਜ਼ਬੂਤ ਵਿਸ਼ਵਾਸ! ਔਰ 25 ਸਾਲ ਦੇ ਬਾਅਦ ਜਦ ਉਹ 100 ਸਾਲ ਦੀ ਉਮਰ ਚ ਹੋਇਆ, ਉਦੋਂ ਪ੍ਰਭੂ ਨੇ ਉਹਨੂੰ ਪੁੱਤਰ ਦਿੱਤਾ। ਪਰ ਨਬੀ ਨੇ ਕਿਹਾ, ਅਬਰਾਹਮ ਵਿਸ਼ਵਾਸੀ ਸੀ, ਵਿਸ਼ਵਾਸੀਆਂ ਦਾ ਪਿਤਾ, ਉਹ ਵਿਸ਼ਵਾਸ ਕਰਦਾ ਸੀ, ਪਰ ਉਹਦੇ ਵਿਸ਼ਵਾਸ ਉੱਤੇ ਪਰਮੇਸ਼ਰ ਨੇ ਉਹਨੂੰ ਸੁਨਤ ਦਾ ਨੇਮ ਦਿੱਤਾ। ਜਦੋਂ ਇਹ ਕਿਹਾ ਕਿ ਤੂੰ ਸੁਨਤ ਕਰਾਉਣੀ ਹੈ, ਉਹ ਇੱਕ ਨੇਮ ਉਹਨੂੰ ਦਿੱਤਾ, ਇੱਕ ਚਿੰਨ੍ਹ ਦਿੱਤਾ ਸੀ ਕਿ ਜੋ ਤੂੰ ਵਿਸ਼ਵਾਸ ਕਰਦਾ ਮੈਂ ਤੇਰੇ ਵਿਸ਼ਵਾਸ ਨੂੰ ਕਬੂਲ ਕਰਦਾ ਹਾਂ। ਇਸ ਲਈ ਅਸੀਂ ਵੀ ਜਦ ਕਹਿੰਦੇ ਮੈਂ ਪ੍ਰਭੂ ਤੇ ਵਿਸ਼ਵਾਸ ਕਰਦਾ, ਮੈਂ ਪ੍ਰਭੂ ਤੇ ਵਿਸ਼ਵਾਸ ਕਰਦਾ, ਮੈਂ ਪ੍ਰਭੂ ਤੇ ਵਿਸ਼ਵਾਸ ਕਰਦਾ, ਸਾਡੇ ਵਿਸ਼ਵਾਸ ਕਰਨ ਦਾ ਤਦੇ ਹੀ ਫਾਇਦਾ ਆਇਆ ਜਦੋਂ ਸਾਡੇ ਵਿਸ਼ਵਾਸ ਉੱਤੇ ਪਰਮੇਸ਼ਰ ਪਵਿੱਤਰ ਆਤਮਾ ਦੀ ਮੋਹਰ ਲਾਵੇ, ਜਿੱਦਾਂ ਉਹਨੇ ਅਬਰਾਹਮ ਦੇ ਵਿਸ਼ਵਾਸ ਉੱਤੇ ਸੁਨਤ ਦਾ ਨੇਮ ਦਿੱਤਾ, ਮੋਹਰ ਦਿੱਤੀ। ਅਗਰ ਸਾਡੇ ਵਿਸ਼ਵਾਸ ਉੱਤੇ ਪਵਿੱਤਰ ਆਤਮਾ ਦੀ ਮੋਹਰ ਨਹੀਂ ਲੱਗਦੀ, ਤੇਰਾ ਮਤਲਬ ਹਜੇ ਤੱਕ ਸਾਡਾ ਵਿਸ਼ਵਾਸ ਕਬੂਲ ਨਹੀਂ ਹੋਇਆ। ਹਾਲੇਲੂਇਆ, ਆਮੀਨ, ਧੰਨਵਾਦ ਹੋਵੇ। ਅਬਰਾਹਮ ਨੇ ਕਿਹਾ, ਅਬਰਾਹਮ ਸਾਡੇ ਵਿਸ਼ਵਾਸ ਦਾ ਆਰੰਭ ਹੈ, ਕੀ ਇਹ ਸਹੀ ਗੱਲ ਹੈ? ਅਬਰਾਹਮ ਦੇ ਕੋਲ ਵਾਅਦਾ ਸੀ। ਮੇਰਾ ਅੰਦਾਜ਼ਾ ਹੈ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਇਸ ਲਈ ਸੱਦਿਆ ਕਿਉਂਕਿ ਉਹ ਇੱਕ ਮਹਾਨ ਆਦਮੀ ਸੀ। ਆਮੀਨ, ਨਹੀਂ ਸ਼੍ਰੀਮਾਨ, ਇਸ ਲਈ ਨਹੀਂ ਕਿ ਉਹ ਮਹਾਨ ਆਦਮੀ ਸੀਗਾ, ਇਸ ਲਈ ਨਹੀਂ ਉਹਨੂੰ ਬੁਲਾਇਆ। ਹਾਲੇਲੂਇਆ, ਉਹਨੂੰ ਬੁਲਾਇਆ ਇਸ ਲਈ ਗਿਆ ਕਿਉਂਕਿ ਉਹ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਪਰਮੇਸ਼ਰ ਦਾ ਚੁਣਿਆ ਹੋਇਆ ਨਬੀ ਸੀ। ਔਰ ਪਰਮੇਸ਼ਰ ਨੇ ਬਿਨਾਂ ਕਿਸੇ ਸ਼ਰਤ ਦੇ ਅਬਰਾਹਮ ਦੇ ਨਾਲ ਨੇਮ ਬੰਨਿਆ ਕਿ ਮੈਂ ਤੇਰੀ ਕੌਮ ਨੂੰ ਬਰਕਤ ਦੇਵਾਂਗਾ, ਤੇਰੀ ਸੰਤਾਨ ਹੋਵੇਗੀ, ਉਸ ਸੰਤਾਨ ਤੋਂ ਧਰਤੀ ਦੀਆਂ ਕੌਮਾਂ ਆਸ਼ੀਸ਼ ਪਾਉਣਗੀਆਂ, ਤੇਰੀ ਸੰਤਾਨ ਧਰਤੀ ਦੇ ਰੇਤ ਤੇ ਕਣਾਂ ਜਿੰਨੀ ਹੋਵੇਗੀ, ਆਕਾਸ਼ ਦੇ ਤਾਰੇ ਜਿੰਨੀ ਹੋਵੇਗੀ, ਮੈਂ ਤੈਨੂੰ ਬਚਾਉਣ ਵਾਲਾ। ਆਮੀਨ। ਪਰਮੇਸ਼ਰ ਨੇ ਮਨੁੱਖ ਨਾਲ ਨੇਮ ਬੰਨਿਆ ਤੇ ਮਨੁੱਖ ਨੇ ਹਰ ਵਾਰੀ ਉਸਦੇ ਨੇਮ ਨੂੰ ਤੋੜ ਦਿੱਤਾ। ਮਨੁੱਖ ਨੇ ਕਦੇ ਵੀ ਪਰਮੇਸ਼ਰ ਦੇ ਨੇਮ ਦੀ ਪਾਲਣਾ ਨਹੀਂ ਕੀਤੀ, ਵਿਵਸਥਾ ਦੀ ਕਦੇ ਵੀ ਪਾਲਣਾ ਨਹੀਂ ਕੀਤੀ, ਉਹ ਵਿਵਸਥਾ ਦੀ ਪਾਲਣਾ ਨਾ ਕਰ ਸਕੇ। ਮਨੁੱਖ ਸਦਾ ਹੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਤੁਸੀਂ ਇਹ ਕਰ ਹੀ ਨਹੀਂ ਸਕਦੇ। ਠੀਕ ਹੈ, ਪਰਮੇਸ਼ਰ ਨੇ ਮਨੁੱਖ ਨੂੰ ਬਚਾਉਣ ਦਾ ਨੇਮ ਦਿੱਤਾ, ਪਰ ਮਨੁੱਖ ਨੇ ਕਿਹਾ ਸਦਾ ਹੀ ਆਪਣੇ ਆਪ ਨੂੰ ਖੁਦ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲੇਲੂਇਆ,
ਸਦਾ ਹੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਉਹੀ ਕੰਮ ਜੋ ਮਨੁੱਖ ਨੇ ਅਦਨ ਬਾਗ ਚ ਕੀਤਾ ਸੀ, ਤੁਹਾਨੂੰ ਪਤਾ ਅਦਨ ਬਾਗ ਚ ਮਨੁੱਖ ਨੇ ਆਪਣੇ ਆਪ ਨੂੰ ਖੁਦ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਆਦਮੀ ਔਰ ਔਰਤ ਦੋਵੇਂ ਨੰਗੇ ਸੀ, ਉਹ ਸ਼ੈਤਾਨ ਨੇ ਉਹਨਾਂ ਕੋਲ ਪਾਪ ਕਰਵਾਇਆ। ਪਹਿਲਾਂ ਨਹੀਂ ਉਹਨਾਂ ਨੂੰ ਪਤਾ ਕਿ ਨੰਗੇ ਆ, ਪਰ ਬਾਅਦ ਚ ਪਤਾ ਚੱਲਿਆ ਇਹ ਨੰਗੇ ਆ। ਪਰ ਉਹਨਾਂ ਨੇ ਵੇਖਿਆ ਕਿ ਪਰਮੇਸ਼ਰ ਦੀ ਆਉਣ ਦਾ ਟਾਈਮ ਹੋ ਗਿਆ, ਤਾਂ ਮਨੁੱਖ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬਾਈਬਲ ਚ ਲਿਖਿਆ ਕਿ ਉਹਨੇ ਹੰਜੀਰ ਦੇ ਪੱਤੇ ਤੋੜ ਕੇ ਆਪਣੇ ਦੁਆਲੇ ਬੰਨੇ ਤਾਂ ਕਿ ਆਪਣਾ ਨੰਗੇ ਸਕੇ, ਇਹ ਆਪਣੇ ਆਪ ਨੂੰ ਬਚਾਉਣਾ ਹੀ ਤਾਂ ਸੀ। ਹਾਲੇਲੂਇਆ, ਆਮੀਨ। ਉਹ ਚਾਹੁੰਦਾ ਸੀ ਕਿ ਮੈਂ ਬਚਾਵਾਂ ਆਪਣੇ ਆਪ ਨੂੰ, ਇੱਦਾਂ ਪੇਸ਼ ਕਰਾਂ ਕਿ ਮੈਂ ਨੰਗਾ ਨਹੀਂ ਹਾਂ। ਧੰਨਵਾਦ ਹੋ ਗਈ। ਮਨੁੱਖ ਨੂੰ ਜਦ ਪਰਮੇਸ਼ਰ ਨੇ ਪਹਿਲੇ ਇਹਨੂੰ ਬਣਾਇਆ, ਮੈਨੂੰ ਕਈ ਵਾਰ ਗੱਲ ਰਿਪੀਟ ਕਰਨੀ ਪੈ ਰਹੀ ਕਿਉਂਕਿ ਸਾਡੇ ਵਿੱਚ ਨਵੇਂ ਭੈਣ ਭਰਾ ਵੀ ਹਨ। ਪਰਮੇਸ਼ਰ ਨੇ ਜਦ ਪਹਿਲੇ ਮਨੁੱਖ ਔਰ ਔਰਤ ਨੂੰ ਬਣਾਇਆ, ਦੋਵੇਂ ਨੰਗੇ ਸੀ, ਪਰ ਉਹਨਾਂ ਨੂੰ ਪਤਾ ਨਹੀਂ ਸੀ ਨੰਗੇ ਹੈ। ਜਦੋਂ ਉਹਨਾਂ ਨੇ ਪਰਮੇਸ਼ਰ ਦੇ ਵਚਨ ਤੋਂ ਬਾਅਦ ਕਿਸੇ ਹੋਰ ਦੀ ਗੱਲ ਸੁਣੀ, ਉਸ ਤੋਂ ਬਾਅਦ ਉਹਨਾਂ ਨੂੰ ਅੱਖਾਂ ਤੋਂ ਪਵਿੱਤਰਤਾ ਹਟ ਗਈ। ਹਾਲੇਲੂਇਆ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਸੀ ਨੰਗੇ ਹੈ। ਜਦੋਂ ਇਹ ਪਤਾ ਲੱਗ ਗਿਆ ਸੀ ਨੰਗੇ ਹਾਂ, ਤਾਂ ਪਰਮੇਸ਼ਰ ਦੇ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਹੰਜੀਰ ਦੇ ਪੱਤਿਆਂ ਦੇ ਨਾਲ ਢੱਕਿਆ। ਜੋ ਇਹ ਦੱਸਦਾ ਕਿ ਪਹਿਲੇ ਮਨੁੱਖ ਤੋਂ ਹੀ ਕੰਮ ਸ਼ੁਰੂ ਹੋ ਗਿਆ, ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਢੱਕਣ ਦਾ। ਹਾਲੇਲੂਇਆ। ਉਹ ਢੱਕਣਾ ਕੋਈ ਧਰਮ ਵੀ ਹੋ ਸਕਦਾ ਹੈ, ਉਹ ਢੱਕਣਾ ਆਪਣੀ ਸੋਚ ਵੀ ਹੋ ਸਕਦੀ ਹੈ, ਉਹ ਢੱਕਣੇ ਆਪਣੇ ਵਿਚਾਰ ਵੀ ਹੋ ਸਕਦੇ ਆ, ਉਹ ਢੱਕਣਾ ਆਪਣੀ ਧਾਰਮਿਕਤਾ ਵੀ ਹੋ ਸਕਦੀ ਹੈ। ਹਾਲੇਲੂਇਆ। ਪਰ ਮਨੁੱਖ ਕਦੇ ਵੀ ਇਹਨਾਂ ਚੀਜ਼ਾਂ ਦੇ ਦੁਆਰਾ ਢੱਕਿਆ ਨਹੀਂ ਜਾ ਸਕਦਾ। ਕੋਈ ਵੀ ਧਰਮ ਸਾਡੇ ਪਾਪ ਨੂੰ ਢੱਕ ਨਹੀਂ ਸਕਦਾ, ਕੋਈ ਵੀ ਵਿਚਾਰ ਸਾਨੂੰ ਪਰਮੇਸ਼ਰ ਦੇ ਸਨਮੁਖ ਨਹੀਂ ਲਿਆ ਸਕਦਾ। ਇੱਕੋ ਹੀ ਇੱਕ ਚੀਜ਼ ਹੈ ਜਿਹਦੇ ਨਾਲ ਅਸੀਂ ਢੱਕੇ ਜਾਂਦੇ ਹਾਂ, ਉਹ ਹੈ ਪਵਿੱਤਰ ਆਤਮਾ ਦਾ ਬਪਤਿਸਮਾ। ਇਹ ਉਹੀ ਜਿਹੜਾ ਪਾਪ ਦੇ ਨੰਗੇਜ ਨੂੰ ਢੱਕਦਾ ਹੈ, ਇਸ ਤੋਂ ਇਲਾਵਾ ਅਸੀਂ ਕਿਸੇ ਚੀਜ਼ ਨਾਲ ਢੱਕੇ ਨਹੀਂ ਜਾ ਸਕਦੇ, ਕੋਈ ਚੀਜ਼ ਸਾਨੂੰ ਬਚਾ ਨਹੀਂ ਸਕਦੀ। ਹਾਲੇਲੂਇਆ। ਕਿਉਂਕਿ ਇੱਕੋ ਹੀ ਇੱਕ ਚੀਜ਼ ਹੈ ਜਿਹਦੇ ਰਾਹੀਂ ਪਰਮੇਸ਼ਰ ਮਨੁੱਖ ਨੂੰ ਬਚਾਉਂਦਾ ਹੈ, ਤੇ ਉਹ ਕਿਰਪਾ ਹੈ, ਕਿਰਪਾ। ਇਸ ਤੋਂ ਇਲਾਵਾ ਪਰਮੇਸ਼ਰ ਕਦੇ ਵੀ ਮਨੁੱਖ ਨੂੰ ਬਚਾ ਨਹੀਂ ਸਕਦਾ, ਉਹਦੀ ਕਿਰਪਾ ਹੀ ਸਾਨੂੰ ਬਚਾਉਂਦੀ ਹੈ। ਸਾਡੀ ਆਪਣੀ ਧਾਰਮਿਕਤਾ ਸਾਨੂੰ ਕੁਛ ਦੇਰ ਦੇ ਲਈ ਢੱਕ ਸਕਦੀ ਹੈ, ਪਰ ਅਖੀਰੇ ਨੰਗਿਆ ਕਰ ਦੇਵੇਗੀ, ਅਖੀਰੇ ਨੰਗਿਆ ਕਰ ਦੇਵੇਗੀ। ਹਾਲੇਲੂਇਆ। ਇਹ ਚਰਚ ਚ ਆਪਣੇ ਆਪ ਨੂੰ ਕੱਲਾ ਚਰਚ ਚ ਲਿਆ ਕੇ ਇਹ ਹੰਜੀਰ ਦੇ ਪੱਤੇ ਬੰਨ ਸਕਦੇ ਕਿ ਦੇਖੋ ਮੈਂ ਉਹਦੇ ਚਰਚ ਚ ਆਉਂਦਾ, ਲੇਕਿਨ ਇਹ ਜ਼ਿਆਦਾ ਦੇਰ ਕੰਮ ਨਹੀਂ ਕਰੇਗਾ, ਅਖੀਰ ਉਹ ਪੱਤੇ ਸੁੱਕ ਜਾਂਦੇ, ਪਤਾ ਲੱਗ ਜਾਂਦਾ ਕਿ ਮਨੁੱਖ ਨੰਗਾ। ਕੋਈ ਵੀ ਚਰਚ ਸਾਡੇ ਵਧੀਆ ਕੰਮ, ਸਾਡੀ ਵਧੀਆ ਧਾਰਮਿਕਤਾ, ਸਾਡੀ ਸੇਵਾ, ਹਾਲੇਲੂਇਆ, ਸਾਡਾ ਸਹਿਯੋਗ, ਇਹ ਸਭ ਚੀਜ਼ਾਂ ਸਾਨੂੰ ਢੱਕ ਨਹੀਂ ਸਕਦੀਆਂ। ਇੱਕੋ ਹੀ ਚੀਜ਼ ਢੱਕ ਸਕਦੀ ਹੈ ਜਿਹਨੇ ਆਦਮ ਨੂੰ ਪਹਿਲਾਂ ਢੱਕਿਆ ਹੋਇਆ, ਔਰ ਆਦਮ ਨੂੰ ਪਰਮੇਸ਼ਰ ਨੇ ਕਿਸੇ ਹੰਜੀਰ ਦੇ ਪੱਤਿਆਂ ਜਾਂ ਕਿਸੇ ਆਰੇ ਪਾਰੇ ਕੱਪੜੇ ਦੇ ਨਾਲ ਨਹੀਂ, ਪਰਮੇਸ਼ਰ ਨੇ ਉਹਨੂੰ ਪਵਿੱਤਰ ਆਤਮਾ ਨਾਲ ਢੱਕਿਆ ਸੀ। ਯਾਨੀ ਪਰਮੇਸ਼ਰ ਦਾ ਪਹਿਲਾ ਪਲਾਨ ਕੀ, ਆਦਮੀ ਦੇ ਪਾਪ ਨੂੰ ਢੱਕਣ ਦਾ, ਪਵਿੱਤਰ ਆਤਮਾ। ਅਗਰ ਅੱਜ ਵੀ ਹੋਈ ਕਿਸੇ ਹੋਰ ਚੀਜ਼ ਦੇ ਬਗੈਰ, ਹੋਰ ਕਿਸੇ ਹੋਰ ਚੀਜ਼ ਨਾਲ ਢੱਕੇ ਕਦੇ ਨਹੀਂ ਜਾ ਸਕਦੇ। ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਢੱਕਦੀ ਹੈ ਤੇ ਪਰਮੇਸ਼ਰ ਦੇ ਸਾਹਮਣੇ ਲਿਆਉਣ ਲਈ ਸਾਨੂੰ ਯੋਗ ਬਣਾਉਂਦੀ ਹੈ, ਉਹ ਹੈ ਉਹ ਜਦੋਂ ਅਸੀਂ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਪਾਉਂਦੇ ਹਾਂ। ਹਾਲੇਲੂਇਆ। ਪਰਮੇਸ਼ਰ ਦੀ ਕਿਰਪਾ ਹੀ ਸਾਨੂੰ ਬਚਾਉਂਦੀ ਹੈ। ਉਹ ਜਦੋਂ ਪਰਮੇਸ਼ਰ ਨੇ ਲੇਲੇ ਦੇ ਚਮੜੇ ਦੇ ਨਾਲ ਉਹਨਾਂ ਨੂੰ ਢੱਕਿਆ, ਉਹਦੀ ਕਿਰਪਾ ਹੀ ਸੀ। ਲਹੂ ਦੇ ਨਾਲ ਉਹਨਾਂ ਨੂੰ ਢੱਕਿਆ, ਉਹਦੀ ਕਿਰਪਾ ਹੀ ਸੀ। ਜਦੋਂ ਅਸੀਂ ਕਿਰਪਾ ਚ ਹਾਂ, ਉਦੋਂ ਹੀ ਅਸੀਂ ਬਚਾਏ ਹੋਏ ਹਾਂ। ਹਾਲੇਲੂਇਆ। ਤੁਹਾਨੂੰ ਪਤਾ ਮਿਸਰ ਦੇਸ਼ ਦੇ ਅੰਦਰ ਲਹੂ ਦਾ ਦਰਵਾਜ਼ਿਆਂ ਤੇ ਲਗਾਉਣਾ ਹੈ, ਉਹਦੀ ਕਿਰਪਾ ਸੀ। ਹੁਣ ਜਦੋਂ ਲਹੂ ਦਰਵਾਜ਼ਿਆਂ ਤੇ ਲੱਗਾ ਆ, ਤੇਰਾ ਕੋਈ ਮਤਲਬ ਨਹੀਂ ਕਿ ਅੰਦਰ ਬੰਦਾ ਕਿੱਦਾਂ ਦਾ ਹੈ। ਜਦੋਂ ਲਹੂ ਦਰਵਾਜ਼ਿਆਂ ਤੇ ਲੱਗਿਆ ਸੀ, ਇਹਦਾ ਕੋਈ ਮਤਲਬ ਨਹੀਂ ਬੰਦਾ ਅੰਦਰ ਕਿੱਦਾਂ ਦਾ ਹੈ। ਹੋ ਸਕਦਾ ਉਹ ਪਾਪ ਉਹਨੇ ਕੀਤਾ ਹੋਵੇ, ਗਲਤ ਕੰਮ ਉਹਨੇ ਕੀਤਾ ਹੋਵੇ, ਕੁਛ ਵੀ ਹੋਵੇ, ਪਰ ਜਦੋਂ ਲਹੂ ਦੇ ਅੰਦਰ ਉਹ ਹੈ, ਤਾਂ ਅਗਰ ਪਰਮੇਸ਼ਰ ਉਸ ਬੰਦੇ ਨੂੰ ਦੇਖ ਰਿਹਾ, ਉਸ ਲਹੂ ਨੂੰ ਦੇਖ ਰਿਹਾ ਜਿਹੜਾ ਲਹੂ ਦਰਵਾਜ਼ਿਆਂ ਤੇ ਲੱਗਾ ਹੈ, ਇਸ ਲਈ ਪਾਪੀ ਹੋ ਸਕਦੇ, ਇਹ ਗਲਤ ਕੰਮ ਕੀਤੇ ਹੋਏ ਹੋ ਸਕਦੇ, ਸਾਡੇ ਪਿਛਲੇ ਰਿਕਾਰਡ ਮਾੜੇ ਹੋ ਸਕਦੇ, ਪਰ ਜਦੋਂ ਇਹ ਪ੍ਰਭੂ ਨੇ ਸਾਨੂੰ ਆਪਣੇ ਲਹੂ ਚ ਲੈ ਲਿਆ, ਤੇ ਨਵੀਂ ਨੇ ਕਿਹਾ ਹੁਣ ਜਦੋਂ ਵਿਸ਼ਵਾਸੀ ਨੂੰ ਦੇਖਦਾ ਹੈ, ਜਿਹੜੇ ਕੰਮ ਉਹ ਲਹੂ ਦੇ ਰਾਹੀਂ ਵਿਸ਼ਵਾਸੀ ਨੂੰ ਦੇਖਦਾ ਹੈ, ਤੇ ਉਸ ਲਹੂ ਦੇ ਰਾਹੀਂ ਦੇਖਦਾ ਹੈ, ਤੇ ਇਹ ਸਫੇਦ ਨਜ਼ਰ ਆਉਂਦੇ ਹੈ। ਉਹਨੇ ਆਪਣੇ ਲਹੂ ਦੇ ਵਿੱਚ ਸਾਡੇ ਪਾਪਾਂ ਨੂੰ ਢੱਕ ਦਿੱਤਾ, ਖਤਮ ਕਰ ਦਿੱਤਾ। ਅਬੇ ਸਾਨੂੰ ਬਚਾਉਂਦਾ ਕੌਣ ਹੈ? ਉਹਦਾ ਲਹੂ। ਸਾਡੀ ਆਪਣੀ ਧਾਰਮਿਕਤਾ ਨਹੀਂ, ਸਾਡੀ ਆਪਣੀਆਂ
ਜੁਝਣੀਆਂ ਨਹੀਂ, ਸਾਡਾ ਆਪਣਾ ਰੋਲਾ ਨਹੀਂ। ਕੋਈ ਇੱਕ ਚੀਜ਼ ਹੈ ਜਿਹੜੀ ਸਾਨੂੰ ਅਸਲੀ ਮਸੀਹ ਬਣਾਉਂਦੀ ਹੈ, ਉਹ ਹੋ ਗਏ ਜਿਹੜੇ ਉਹਦੇ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਪਾਇਆ ਹੋਇਆ ਹੈ। ਪੂਰੀ ਕਿਰਪਾ ਤੋਂ ਬਗੈਰ ਕੋਈ ਨਹੀਂ ਮਰ ਸਕਦਾ, ਉਹਦੇ ਰਹਿਮ ਤੋਂ ਬਿਨਾਂ ਕੋਈ ਨਹੀਂ ਮਰ ਸਕਦਾ। ਹਾਲੇਲੂਇਆ। ਤੁਹਾਨੂੰ ਪਤਾ ਅਬਰਾਹਾਮ ਤੇ ਉਹਦੀ ਕਿਰਪਾ ਸੀ, ਉਹ ਪਰਮੇਸ਼ਰ ਦਾ ਚੁਣਿਆ ਹੋਇਆ ਨਬੀ ਸੀਗਾ। ਔਰ ਇੱਕ ਵਾਰੀ ਜਦੋਂ ਉਹ ਆਪਣੀ ਪਤਨੀ ਦੇ ਨਾਲ ਦੂਸਰੇ ਦੇਸ਼ ਚਲ ਗਿਆ, ਅਸਲ ਚ ਉਹਨੂੰ ਮਨਾ ਕੀਤਾ ਸੀ ਕਿ ਇਸ ਦੇਸ਼ ਨੂੰ ਛੱਡ ਕੇ ਨਹੀਂ ਜਾਣਾ, ਪਰ ਜਦੋਂ ਉਸ ਦੇਸ਼ ਚ ਕਾਲ ਪਿਆ ਤਾਂ ਬਾਈਬਲ ਚ ਲਿਖਿਆ ਉਹ ਛੱਡ ਕੇ ਦੂਸਰੇ ਦੇਸ਼ ਚ ਚਲ ਗਿਆ। ਜਦੋਂ ਦੂਸਰੇ ਦੇਸ਼ ਚ ਅਸੀਂ ਜਾਂਦੇ ਹਾਂ ਤਾਂ ਮੁਸ਼ਕਿਲਾਂ ਆਉਂਦੀਆਂ, ਪਰ ਉੱਥੇ ਉਹਨੇ ਦੇਖਿਆ ਕਿ ਉੱਥੋਂ ਦਾ ਰਾਜਾ ਜਿਹੜਾ ਅਭਿਮਲਕ ਹੈ ਉਹਦੀ ਪਤਨੀ ਨੂੰ ਪਸੰਦ ਕਰਨ ਲੱਗ ਪਿਆ। ਹੁਣ ਅਬਰਾਹਾਮ ਨੇ ਸੋਚਿਆ ਕਿ ਇਹ ਰਾਜਾ ਆ ਮੇਰੀ ਪਤਨੀ ਨੂੰ ਪਸੰਦ ਕਰਦਾ, ਇਹਨੇ ਇਹਨੂੰ ਲੈਣਾ ਚਾਹੁੰਦਾ ਆ, ਇਸ ਕਰਕੇ ਉਹਨੂੰ ਪੁੱਛਿਆ ਗਿਆ ਕਿ ਕੌਣ ਲੱਗਦੀ ਹੈ ਤੇਰੀ, ਕਿਹਾ ਇਹ ਮੇਰੀ ਭੈਣ ਆ। ਉਹਨੇ ਸੋਚਿਆ ਕਿ ਜੇ ਮੈਂ ਇਹ ਕਹਾਂਗਾ ਮੇਰੀ ਪਤਨੀ ਨੇ ਮੈਨੂੰ ਮਰਵਾ ਦੇਣਗੇ। ਹਾਲੇਲੂਇਆ। ਉਹਨੇ ਕਿਹਾ ਮੇਰੀ ਭੈਣ ਹੈ। ਜੇ ਉਹਨੇ ਭੈਣ ਕਿਹਾ ਤਾਂ ਰਾਜਾ ਰਾਜੇ ਉਹਨਾਂ ਨੇ ਉਹਦੀ ਪਤਨੀ ਸਾਰਾ ਨੂੰ ਆਪਣੇ ਮਹਿਲ ਚ ਬੁਲਾ ਲਿਆ। ਆਮੀ ਉਹਨੂੰ ਤਿਆਰ ਕਰ ਦਿੱਤਾ ਗਿਆ ਸੀ ਕਿ ਅਗਲੇ ਦਿਨ ਉਹ ਰਾਜੇ ਕੋ ਜਾਏ, ਲੇਕਿਨ ਉਦਣ ਹੀ ਰਾਜ ਪਰਮੇਸ਼ਰ ਨੇ ਅਭਿਮਲਕ ਰਾਜੇ ਨਾਲ ਗੱਲ ਕੀਤੀ। ਉਹਨਾਂ ਨੂੰ ਇਹ ਕਿਹਾ ਕਿ ਇਸ ਔਰਤ ਨੂੰ ਛੂਹੀ ਨਾ, ਇਹ ਮੇਰੇ ਨਬੀ ਦੀ ਪਤਨੀ ਹੈ। ਇਸ ਨਬੀ ਦੀ, ਉਸ ਨਬੀ ਦੀ ਜਿਹਨੇ ਝੂਠ ਬੋਲਿਆ। ਹਾਂ, ਔਰ ਇਸ ਰਾਜੇ ਨੇ ਕਿਹਾ ਪ੍ਰਭੂ ਤੂੰ ਮੇਰੇ ਦਿਲ ਨੂੰ ਜਾਣਦਾ ਹੈ, ਮੇਰੇ ਅੰਦਰ ਕੋਈ ਕਪਟ ਨਹੀਂ, ਕਿਉਂਕਿ ਉਸ ਬੰਦੇ ਨੇ ਖੁਦ ਕਿਹਾ ਮੇਰੀ ਭੈਣ ਹੈ। ਹਾਲੇਲੂਇਆ। ਉਸ ਬੰਦੇ ਨੇ ਖੁਦ ਕਿਹਾ ਮੇਰੀ ਭੈਣ ਹੈ, ਚ ਮੇਰਾ ਕੀ ਕਸੂਰ ਹੈ। ਫਿਰ ਵੀ ਪਰਮੇਸ਼ਰ ਨੇ ਕੀ ਕਿਹਾ ਕਿ ਉਹਦੇ ਕੋਈ ਪ੍ਰਾਰਥਨਾ ਕਰਾ ਜਿਹਨੇ ਝੂਠ ਬੋਲਿਆ, ਕਿਉਂਕਿ ਉਹ ਮੇਰਾ ਨਬੀ ਹੈ। ਇਹ ਬੰਦਾ ਜਿਹੜਾ ਦਿਲ ਦਾ ਸਾਫ਼ ਨਹੀਂ, ਇਹਦਾ ਕੀ ਕਸੂਰ ਹੈ, ਕਿਉਂਕਿ ਉਹਨੇ ਕਿਹਾ ਹੀ ਭੈਣ ਹੈ, ਉਹਨੇ ਖੁਦੀ ਤਾਂ ਕਿਹਾ ਹੀ, ਪਰ ਫਿਰ ਵੀ ਪ੍ਰਭੂ ਨੇ ਉਹਦੀ ਦੁਆ ਨਹੀਂ ਸੁਣੀ। ਉਹਨੇ ਕਿਹਾ ਉਹਦੇ ਕੋਲ ਦੁਆ ਕਰਾ ਜਿਹੜਾ ਮੇਰਾ ਨਬੀ ਹੈ, ਭਾਵੇਂ ਉਹਨੇ ਝੂਠ ਹੀ ਬੋਲਿਆ। ਕੌਣ ਬਚਾਉਂਦਾ ਹੈ? ਉਹਦੀ ਕਿਰਪਾ, ਉਹਦਾ ਰਹਿਮ ਹੀ ਹੈ ਜਿਹੜਾ ਸਾਨੂੰ ਸ਼ੁੱਧ ਕਰਦਾ ਹੈ। ਪੂਰੀ ਦਿਆ ਦੇ ਕਰਕੇ ਹੀ ਬਚਾਏ ਗਏ ਹਾਂ, ਆਪਣੇ ਕੰਮਾਂ ਦੇ ਕਰਕੇ ਨਹੀਂ। ਉਹਦੀ ਕਿਰਪਾ ਹੀ ਜਿਹੜੀ ਸਾਨੂੰ ਅਸਲੀ ਬਣਾਉਂਦੀ ਹੈ, ਉਹਦੀ ਕਿਰਪਾ ਉਹਦਾ ਲਹੂ ਹੈ। ਹਾਲੇਲੂਇਆ। ਮੇਰਾ ਇਹ ਮਤਲਬ ਨਹੀਂ ਕਿ ਝੂਠ ਬੋਲੀ ਜਾਓ, ਮੇਰਾ ਮਤਲਬ ਇਹ ਨਹੀਂ ਹੈ ਕਿ ਉਹ ਝੂਠ ਬੋਲੀ ਜਾਓ। ਆਮੀਨ। ਹਾਲੇਲੂਇਆ। ਦੇਖੋ ਭੈਣ ਭਰਾਵੋ, ਹੁਣ ਜੋ ਅਸੀਂ ਪੜਿਆ ਹੈ ਇੱਥੇ, ਸ਼ਾਊਲ ਜਿਹੜਾ ਯਹੋਵਾ ਨੂੰ ਜਾਣਦਾ ਸੀ, ਜਿਹੜਾ ਯਹੋਵਾ ਦੀ ਭਗਤੀ ਕਰਨ ਵਾਲਾ ਹੈ, ਔਰ ਪਰਮੇਸ਼ਰ ਨੇ ਕਿਵੇਂ ਇਸ ਸ਼ਾਊਲ ਨੂੰ ਇਸਰਾਇਲ ਦਾ ਰਾਜਾ ਹੋਣ ਲਈ ਠਹਿਰਾਇਆ। ਆਮੀਨ। ਇਹਨੂੰ ਮਸਾਂ ਕੀਤਾ ਗਿਆ ਕਿ ਤੂੰ ਹੁਣ ਇਸਰਾਇਲ ਦਾ ਰਾਜਾ ਹੈ, ਲੇਕਿਨ ਇਹਨੇ ਕੁਛ ਆਪਣੇ ਜੀਵਨ ਚ ਅਜਿਹਾ ਕੰਮ ਕੀਤਾ ਜਿਹੜਾ ਪਰਮੇਸ਼ਰ ਦੇ ਵਚਨ ਤੋਂ ਉਲਟ ਸੀ, ਹੈ ਉਹ ਕੰਮ ਧਾਰਮਿਕ ਹੀ ਸੀਗਾ। ਪਰਮੇਸ਼ਰ ਨੇ ਇਹਨੂੰ ਇੱਕ ਦੇਸ਼ ਉੱਤੇ ਹਮਲਾ ਕਰਨ ਲਈ ਕਿਹਾ, ਪਰ ਉਹਨੂੰ ਇਹ ਕਿਹਾ ਕਿ ਜਦੋਂ ਤੂੰ ਉਸ ਦੇਸ਼ ਤੇ ਹਮਲਾ ਕਰਨਾ ਆ, ਉੱਥੋਂ ਦੀ ਕੋਈ ਵੀ ਚੀਜ਼ ਤੂੰ ਛੱਡਣੀ ਨਹੀਂ ਹੈ। ਹਾਲੇਲੂਇਆ। ਸਭ ਕੁਛ ਖਤਮ ਕਰਨਾ ਹੈ, ਲੇਕਿਨ ਜਦੋਂ ਇਹਨੇ ਉੱਥੇ ਹਮਲਾ ਕੀਤਾ, ਇਹਨੇ ਸਭ ਕੁਛ ਮਾਰ ਦਿੱਤਾ, ਪਰ ਇਹਦੇ ਦਿਮਾਗ ਚ ਧਾਰਮਿਕਤਾ ਆਈ। ਇਹਨੇ ਕਿਹਾ ਕਿ ਵਧੀਆ ਵਧੀਆ ਜਿਹੜੇ ਉੱਥੇ ਆ ਜਾਨਵਰ ਆ, ਇਹਨਾਂ ਨੂੰ ਲੈ ਜਾਂਦੇ ਉੱਥੇ ਬਲੀ ਦੇਵਾਂਗੇ ਯਹੋਵਾ ਵਾਲੇ, ਪਰ ਪ੍ਰਭੂ ਨੇ ਕਿਹਾ ਸਭ ਖਤਮ ਕਰਨਾ। ਇਹਨੇ ਉਸ ਕਿਹਾ ਵਚਨ ਦੇ ਉਲਟ ਕੀਤਾ। ਹਾਲੇਲੂਇਆ। ਅਜਿਹੀਆਂ ਕੁਛ ਆਣਾ ਗਿਆ ਕਾਰੀ ਦੇ ਕਰਕੇ ਪਰਮੇਸ਼ਰ ਨੇ ਛੱਡ ਦਿੱਤਾ ਸੀ। ਹਾਲੇਲੂਇਆ। ਜਦੋਂ ਛੱਡ ਦਿੱਤਾ, ਹੁਣ ਫਿਰ ਦੁਸ਼ਮਣਾਂ ਨੇ ਇੱਥੇ ਹਮਲਾ ਕੀਤਾ। ਹੁਣ ਇਹ ਚਾਹੁੰਦਾ ਸੀ ਕਿ ਪ੍ਰਭੂ ਮੇਰੇ ਨਾਲ ਮੈਨੂੰ ਕੁਛ ਦੱਸੇ, ਮੇਰੀ ਅਗਵਾਈ ਕਰੇ, ਮੈਂ ਕਿੱਦਾਂ ਕਰਾਂ। ਹਾਲੇਲੂਇਆ। ਆਮੀਨ। ਜਿਹੜਾ ਪੜਿਆ ਹੈ ਕਿ ਜਦੋਂ ਇਹਨੇ ਕਿਸੇ ਪਾਸਿਓਂ ਇਹਨੂੰ ਜਵਾਬ ਨਹੀਂ ਮਿਲਿਆ, ਤਾਂ ਫਿਰ ਇਹਨੇ ਆਪਣੇ ਲੋਕਾਂ ਨੂੰ ਕਿਹਾ ਕਿ ਕੋਈ ਐਸੀ ਔਰਤ ਲੱਭੋ ਜਿਹਦੇ ਦੁਸ਼ਟ ਆਤਮੇ ਯਾਰ ਹੋਣ, ਜਿਹਨਾਂ ਨੇ ਵਸ ਚ ਦੁਸ਼ਟ ਆਤਮਾਵਾਂ ਕੀਤੀਆਂ ਹੋਈਆਂ ਹੋਣ। ਤੁਹਾਨੂੰ ਪਤਾ ਇਸੇ ਤਰ੍ਹਾਂ ਹੀ ਹੁੰਦਾ ਹੈ, ਜਦੋਂ ਕਿਸੇ ਨੇ ਡਾਕਟਰੀ ਇਲਾਜ ਨਹੀਂ ਚੱਲਦੇ ਜਾਂ ਹੋਰ ਸਭ ਚੀਜ਼ਾਂ ਨਾਲ ਫੇਲ ਹੋ ਜਾਂਦੇ, ਫਿਰ ਉਹ ਕੋਈ ਬਾਬਾ ਲੱਭਿਆ ਜਾਏ, ਕੋਈ ਸਿਆਣਾ ਲੱਭਿਆ ਜਾਏ ਜਿਹੜਾ ਸਾਨੂੰ ਦੱਸੇ ਕਿ ਆਪਾਂ ਕੀ ਕਰੀਏ। ਹਾਲੇਲੂਇਆ। ਪਰ ਇਹ ਕੰਮ ਸ਼ਾਊਲ ਨੇ ਵੀ ਕੀਤਾ, ਇੱਕ ਜਾਦੂਗਰਨੀ ਦੇ ਕੋਲੇ ਗਿਆ। ਹਾਲੇਲੂਇਆ। ਔਰ ਉਸ ਜਾਦੂਗਰਨੀ ਨੇ ਸੈਮੂਅਲ ਨਬੀ ਨੂੰ ਉੱਪਰ ਬੁਲਾਇਆ। ਸੈਮੂਅਲ ਨਬੀ ਜਦੋਂ ਉੱਪਰ ਆਇਆ, ਉਹਨੇ ਫਿਰ ਇਸ ਸ਼ਾਊਲ ਨਾਲ ਗੱਲ ਕੀਤੀ ਕਿ ਤੂੰ ਯਹੋਵਾ ਦੀ ਆਗਿਆਕਾਰੀ ਕੀਤੀ ਹੈ। ਹਾਲੇਲੂਇਆ। ਤੂੰ ਤੇ ਤੇਰੇ ਪੁੱਤਰ
ਉਸ ਜੰਗ ਚ ਹਾਰ ਜਾਓਗੇ ਤੂੰ ਕੱਲ ਮੇਰੇ ਨਾਲ ਹੀ ਹੋਵੇਗਾ। ਆਮੀਨ। ਦੇਖੋ ਧਿਆਨ ਦਿਓ, ਤਦ ਪਰਮੇਸ਼ਰ ਕੋਲੋਂ ਪੁੱਛਣ ਦੀਆਂ ਤਿੰਨ ਵਿਧੀਆਂ ਸਨ। ਪੁਰਾਣੇ ਨੇਮ ਚ ਪਰਮੇਸ਼ਰ ਕੋਲ ਤਿੰਨ ਤਰੀਕਿਆਂ ਨਾਲ ਪੁੱਛਿਆ ਜਾ ਸਕਦਾ ਹੈ ਕਿ ਪਰਮੇਸ਼ਰ ਕੀ ਚਾਹੁੰਦਾ ਹੈ। ਪਹਿਲੀ ਨਬੀ, ਦੂਸਰੀ ਸੁਪਨਾ ਤੇ ਤੀਸਰੀ ਗੁਰੀਬ ਤੇ ਤੁਮੀ। ਪਹਿਲੀ ਨਬੀ, ਦੂਸਰੀ ਪਰਮੇਸ਼ਰ ਸੁਪਨੇ ਰਾਹੀਂ ਗੱਲ ਕਰੇ ਤਾਂ ਤੀਸਰਾ ਗੁਰੀਬ ਤੇ ਤੁਮੀ। ਅਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਸੀ ਸ਼ਾਊਲ। ਹੁਣ ਤੁਸੀਂ ਜਾਣਦੇ ਹੋ ਕਿ ਨਬੀ ਕੀ ਹੁੰਦਾ ਹੈ, ਤੁਸੀਂ ਜਾਣਦੇ ਹੋ ਕਿ ਆਤਮਿਕ ਸੁਪਨਾ ਕੀ ਹੈ, ਤੁਸੀਂ ਜਾਣਦੇ ਹੋ ਕਿ ਤੁਮੀਮ ਦਾ ਗੁਰੀਬ ਕੀ, ਤੁਸੀਂ ਜਾਣਦੇ ਹੋ ਕਿ ਹਾਲੇਲੂਇਆ। ਪਰਮੇਸ਼ਰ ਨਬੀ ਰਾਹੀਂ ਦੱਸੇ, ਸੁਪਨਿਆਂ ਰਾਹੀਂ ਦੱਸੇ, ਉਰੀਮ ਤੇ ਤੁਮੀਮ ਰਾਹੀਂ ਦੱਸੇ। ਉਰੀਮ ਤੁਮੀਮ ਕੀ ਸੀਗਾ? ਇੱਕ ਯਾਜਕ ਜਿਹੜਾ ਆਪਣੇ ਸਾਹਮਣੇ ਇੱਕ ਜੈਕਟ ਟਾਈਪ ਪਾਉਂਦਾ ਸੀਗਾ, ਔਰ ਉਹਦੇ ਛੇ ਪੱਥਰ ਇੱਧਰ ਹੀ, ਛੇ ਪੱਥਰ ਇੱਧਰ ਸੀ ਜਿਹੜੇ ਚਮਕਦੇ। ਮੰਨ ਲਓ ਕਿਸੇ ਨੇ ਕੋਈ ਗੱਲ ਪੁੱਛਣੀ ਹੈ ਜਾਂ ਕਿਸੇ ਨੇ ਕੋਈ ਸੁਪਨਾ ਦੇਖਿਆ ਤਾਂ ਉਹ ਇਹ ਜਾਣਨਾ ਚਾਹੁੰਦਾ ਕਿ ਇਹ ਪ੍ਰਭੂ ਵੱਲੋਂ ਹੈ ਜਾਂ ਨਹੀਂ। ਤਾਂ ਉਹ ਕੀ ਕਰਦਾ? ਯਾਜਕ ਦੇ ਸਾਹਮਣੇ ਜਾਂਦਾ, ਯਾਜਕ ਦੇ ਸਾਹਮਣੇ ਆਪਣਾ ਸੁਪਨਾ ਸੁਣਾਉਂਦਾ। ਜੇ ਉਸ ਜੈਕਟ ਚੋਂ ਲਾਈਟਾਂ ਨਿਕਲ ਆਈਆਂ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਪ੍ਰਭੂ ਵੱਲੋਂ ਆ। ਜੇ ਲਾਈਟਾਂ ਨਹੀਂ ਨਿਕਲੀਆਂ ਤਾਂ ਇਹਦਾ ਮਤਲਬ ਪ੍ਰਭੂ ਵੱਲੋਂ ਨਹੀਂ। ਇਹ ਤਰੀਕਾ ਹੀ ਦੂਸਰਾ ਨਬੀ ਕੋਲ ਪੁੱਛਣ ਦਾ, ਇਹ ਤੀਜਾ ਸੁਪਨਾ ਹੀ। ਜੇ ਤਰੀਕਿਆਂ ਤੋਂ ਉਹ ਪਰਮੇਸ਼ਰ ਤੋਂ ਕੁਛ ਪੁੱਛ ਸਕਦੇ। ਹਾਲੇਲੂਇਆ। ਜਦੋਂ ਉਹਨੇ ਦੇਖਿਆ ਕਿ ਤਿੰਨਾਂ ਚੀਜ਼ਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਫਿਰ ਇਹ ਜਾਦੂ ਕਰਨੀ ਕੋਲ ਚਲ ਗਿਆ। ਦੇਖੋ ਪਰਮੇਸ਼ਰ ਤਿੰਨਾਂ ਤਰੀਕਿਆਂ ਰਾਹੀਂ ਗੱਲ ਕਰ ਸਕਦਾ ਹੈ, ਸੁਪਨਿਆਂ ਰਾਹੀਂ ਵੀ, ਨਬੀ ਰਾਹੀਂ ਵੀ, ਗੁਰੀਬ ਤਮੀਮ ਰਾਹੀਂ। ਉਦੋਂ ਪਰ ਸ਼ੈਤਾਨ ਦੇਖੋ ਸਦਾ ਹੀ ਪਰਮੇਸ਼ਰ ਦੇ ਤਰੀਕੇ, ਦੱਸੇ ਹੋਏ ਤਰੀਕੇ ਦੀ ਨਕਲ ਕਰਦਾ ਹੈ। ਜਿੱਦਾਂ ਉਰੀਮ ਤਮੀਮ ਸੀ ਕਿ ਪੱਥਰ ਹਨ ਜਿਨ੍ਹਾਂ ਚੋਂ ਲਾਈਟ ਨਿਕਲਦੀ ਔਰ ਬੰਦਾ ਸੱਚ ਔਰ ਝੂਠ ਨੂੰ ਜਾਣਦਾ ਹੈ। ਸ਼ੈਤਾਨ ਨੇ ਇਸੇ ਚੀਜ਼ ਦੀ ਨਕਲ ਕੀਤੀ। ਅਸੀਂ ਕੋਈ ਸਿਆਣਾ ਬਾਬਾ ਹੋ ਸਕਦਾ ਹੈ, ਉਹ ਆਪਣੇ ਸਾਹਮਣੇ ਕੱਚ ਦਾ ਕੋਈ ਪੱਥਰ ਰੱਖੇ, ਉਹਦੇ ਅੱਖਾਂ ਬੰਦ ਕਰਕੇ ਇੱਦਾਂ ਦਾ ਕਰੇ, ਦੱਸੇ ਤੇਰੇ ਤੇ ਕਿੰਨੇ ਕੀ ਕੀਤਾ, ਉਹਨੇ ਤੈਨੂੰ ਕੀ ਖਿਲਾਇਆ, ਉਹਨੇ ਤੈਨੂੰ ਕੀ ਪਿਲਾਇਆ, ਕਿ ਉਸੇ ਚੀਜ਼ ਨਕਲ ਨਹੀਂ ਉਰੀਮ ਤਮੀਮ ਦੀ ਨਵੀਂ ਨੇ ਕਿਹਾ। ਉਹ ਵੀ ਕੋਈ ਚੀਜ਼ ਸਾਹਮਣੇ ਰੱਖਦੇ ਆ। ਹਾਲੇਲੂਇਆ। ਕਿ ਪੱਥਰ ਰੱਖਦੇ ਆ, ਕੋਈ ਲਿਸ਼ਕਣੀ ਚੀਜ਼ ਰੱਖਦੇ ਆ, ਕਿ ਉਸੇ ਚੀਜ਼ ਦੀ ਨਕਲ ਨਹੀਂ। ਹਾਲੇਲੂਇਆ। ਪਰਮੇਸ਼ਰ ਨਬੀਆਂ ਦੇ ਰਾਹੀਂ ਗੱਲ ਕਰਦਾ, ਆਪੇ ਖਵਾਣੀ ਦੇ ਰਾਹੀਂ, ਵਚਨ ਦੇ ਬੋਲਣ ਦੇ ਰਾਹੀਂ। ਤੇ ਸ਼ੈਤਾਨ ਨੇ ਵੀ ਇਸ ਧਰਤੀ ਉੱਤੇ ਝੂਠੇ ਨਬੀ ਖੜੇ ਕੀਤੇ ਜਿਨ੍ਹਾਂ ਦੇ ਰਾਹੀਂ ਉਹ ਲੋਕਾਂ ਦੇ ਨਾਲ ਗੱਲ ਕਰ ਸਕਦੇ, ਲੋਕਾਂ ਨੂੰ ਗੁਮਰਾਹ ਕਰ ਸਕੇ। ਜੇ ਪਰਮੇਸ਼ਰ ਸੁਪਨਿਆਂ ਰਾਹੀਂ ਗੱਲ ਕਰਦਾ ਤੇ ਸ਼ੈਤਾਨ ਵੀ ਸੁਪਨੇ ਦਿਖਾ ਦਿੰਦਾ ਹੈ। ਹਾਲੇਲੂਇਆ। ਕਿਉਂਕਿ ਸ਼ੈਤਾਨ ਨੇ ਸਦਾ ਹੀ ਪਰਮੇਸ਼ਰ ਦੇ ਕੰਮ ਦੀ ਨਕਲ ਕੀਤੀ ਹੈ। ਜੇ ਪਰਮੇਸ਼ਰ ਨੇ ਇਸ ਬਾਈਬਲ ਰਾਹੀਂ ਲੋਕਾਂ ਨੂੰ ਜੀਵਨ ਦੇਣਾ ਸੀ ਤਾਂ ਸ਼ੈਤਾਨ ਨੇ ਇਸੇ ਬਾਈਬਲ ਨੂੰ ਚੁੱਕਿਆ ਔਰ ਇਹਦੀ ਗਲਤ ਵਿਆਖਿਆ ਦੇ ਨਾਲ ਲੋਕਾਂ ਦੇ ਜੀਵਨ ਖਰਾਬ ਕਰਨੇ ਸ਼ੁਰੂ ਕਰ ਦਿੱਤੇ। ਹਾਲੇਲੂਇਆ। ਜੇ ਪਰਮੇਸ਼ਰ ਨੇ ਇੱਕ ਸੱਚਾ ਬਪਤਿਸਮਾ ਰੱਖਿਆ ਤਾਂ ਸ਼ੈਤਾਨ ਨੇ ਇਸੇ ਚੀਜ਼ ਦੀ ਨਕਲ ਕੀਤੀ, ਉਹਨੇ ਝੂਠਾ ਵੀ ਰੱਖ ਦਿੱਤਾ। ਜੇ ਪਰਮੇਸ਼ਰ ਨੇ ਸੱਚਾ ਪ੍ਰਭੂ ਭੋਜ ਰੱਖਿਆ ਤਾਂ ਸ਼ੈਤਾਨ ਨੇ ਇਹਦੀ ਨਕਲ ਕੀਤੀ, ਉਹਨੇ ਝੂਠਾ ਪ੍ਰਭੂ ਭੋਜ ਰੱਖ ਦਿੱਤਾ। ਜੇ ਪਰਮੇਸ਼ਰ ਨੇ ਸੱਚਾ ਸੰਦੇਸ਼ ਲਿਆਂਦਾ ਤਾਂ ਸ਼ੈਤਾਨ ਨੇ ਇਹਦੀ ਨਕਲ ਕੀਤੀ, ਉਹਨੇ ਕਿੰਨੇ ਹੀ ਝੂਠੇ ਸੰਦੇਸ਼ ਦੇ ਵਿਰੋਧ ਖੜੇ ਕਰ ਦਿੱਤੇ। ਹਾਲੇਲੂਇਆ। ਜੇ ਪਰਮੇਸ਼ਰ ਨੇ ਕਲੀਸਿਆ ਖੜੀ ਕੀਤੀ ਤਾਂ ਸ਼ੈਤਾਨ ਨੇ ਵੀ ਆਪਣੀਆਂ ਕਲੀਸਿਆ ਖੜੀਆਂ ਕਰ ਲਈਆਂ ਲੋਕਾਂ ਨੂੰ ਖਰਾਬ ਕਰਨ ਦੇ ਲਈ। ਕਿੰਨੇ ਆਮੀਨ ਕਹਿ ਸਕਦੇ ਆ? ਕਿਉਂਕਿ ਸ਼ੈਤਾਨ ਸਦਾ ਹੀ ਪਰਮੇਸ਼ਰ ਦੇ ਪਲਾਨ ਦੀ ਨਕਲ ਕਰਦਾ ਹੈ। ਹਾਲੇਲੂਇਆ। ਆਮੀਨ। ਔਰ ਸਭ ਤੋਂ ਖਤਰਨਾਕ ਇਹ ਕੰਮ ਹੈ ਕਿ ਜਦੋਂ ਧਾਰਮਿਕ ਖੇਤਰ ਚ ਵੜ ਜਾਂਦਾ, ਧਾਰਮਿਕ ਵਰਗ ਚ ਵੜ ਜਾਂਦਾ ਹੈ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਆਮੀਨ। ਯਿਸੂ ਮਸੀਹ ਦੇ ਸਮੇਂ ਚ ਵੀ ਔਰ ਉਹਦੇ ਪੁਰਾਣੇ ਸਮੇਂ ਚ ਵੀ ਹਾਬਲ ਕੀ ਉਹਨੇ ਕੀਤਾ? ਪਰਮੇਸ਼ਰ ਦੀ ਮੰਗ ਸੀ ਬਲੀ ਦਿੱਤੀ ਜਾਏ, ਭੇਟ ਚੜਾਈ ਜਾਏ। ਜੇ ਹਾਬਲ ਨੇ ਇਹ ਕੀਤਾ ਤਾਂ ਕਾਇਨ ਨੇ ਵੀ ਭੇਟ ਚੜਾਈ। ਕਾਇਨ ਵੀ ਕੁਰਬਾਨੀ ਲੈ ਕੇ ਆਇਆ, ਉਹਦੇ ਜਿੱਦਾਂ ਹਾਬਲ ਨੇ ਲਿਆਂਦੀ, ਤਰੀਕਾ ਵੀ ਉਹੀ, ਸਭ ਕੁਛ ਉਹੀ, ਲੇਕਿਨ ਕਿਤੋਂ ਉਸ ਅਸਲੀ ਸੱਚਾਈ ਤੋਂ ਖੁੰਝ ਗਿਆ ਜਿਹੜੀ ਪਰਮੇਸ਼ਰ ਚਾਹੁੰਦਾ ਸੀ। ਹਾਲੇਲੂਇਆ। ਯਿਸੂ ਮਸੀਹ ਉੱਤੇ, ਯਿਸੂ ਮਸੀਹ ਨੂੰ ਮਾਰਨ ਵਾਲੇ ਲੋਕ ਕਿਹੜੇ ਸਨ? ਧਾਰਮਿਕ, ਜਿਹੜੇ ਬਹੁਤ ਵਧੀਆ ਗਿਆਨੀ, ਬਾਈਬਲ ਦਾ ਜਾਣਕਾਰ, ਬਚਨ ਦਾ ਪ੍ਰਚਾਰ ਕਰਨ ਵਾਲੇ। ਹਾਲੇਲੂਇਆ। ਜਿਹੜੇ ਵੇਖਣ ਨੂੰ ਏਦਾਂ ਲੱਗਦੇ ਕਿ ਇਹਨਾਂ ਵਰਗਾ ਧਰਮੀ ਬੰਦਾ ਕੋਈ ਨੀ ਹੋ ਸਕਦਾ, ਇਹਨਾਂ ਤੋਂ ਸੱਚਾ ਬੰਦਾ ਜਾਂ ਇਹਨਾਂ ਤੋਂ ਵਧੀਆ ਕੋਈ ਨੀ ਹੋ ਸਕਦਾ, ਲੇਕਿਨ ਜਦੋਂ ਉਹੀ ਆਤਮੇ ਧਾਰਮਿਕ ਖੇਤਰ ਚ ਵੜ ਕੇ ਯਿਸੂ ਮਸੀਹ ਦੇ ਸਾਹਮਣੇ ਆਏ ਤਾਂ ਯਿਸੂ ਮਸੀਹ ਨੇ ਪਹਿਚਾਣ ਲਏ, ਜਿੱਦਾਂ ਯੂਹੰਨਾ ਨੇ ਪਹਿਚਾਣ ਲਏ,
ਤੇ ਧਾਰਮਿਕ ਬੰਦਰ ਨੂੰ ਜਿਸਮਾ ਲੈਣ ਆਏ ਉਹਨੇ ਕਿਹਾ ਹੇ ਸੱਪਾਂ ਦੇ ਬੱਚਿਓ ਹਾਲੇਲੂਇਆ ਜਦਕਿ ਉਹ ਬੰਦੇ ਧਾਰਮਿਕ ਸੀ ਕਿਉਂਕਿ ਉਹ ਉਨਾ ਉਕਾਬ ਦੀ ਅੱਖ ਵਾਲੇ ਜਿਹਨੂੰ ਪਤਾ ਸੀਗਾ ਕਿ ਸ਼ੈਤਾਨ ਧਾਰਮਿਕ ਰੂਪ ਵੀ ਧਾਰ ਸਕਦਾ ਹੈ ਹਾਲੇਲੂਇਆ ਯਿਸੂ ਮਸੀਹ ਦੇ ਸਾਹਮਣੇ ਵੀ ਇਹ ਧਾਰਮਿਕ ਵਰਗ ਆਇਆ ਯਿਸੂ ਮਸੀਹ ਨੇ ਵੀ ਪਹਿਚਾਣ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇਹਨਾਂ ਦੇ ਅੰਦਰ ਸਪਿਰਿਟ ਕੀ ਹੈ ਇਹ ਬੇਸ਼ੱਕ ਬਾਹਰੋਂ ਧਰਮੀ ਤਾਂ ਲੱਗਦੇ ਪਰ ਇਹਨਾਂ ਦੇ ਅੰਦਰ ਕੀ ਹੈ ਲੂਕਾ ਦੀ ਇੰਜੀਲ 11 ਅਧਿਆਏ ਪੜ੍ਹੋ ਚਲੋ ਦੇਖ ਲੈਂਦੇ ਹਾਂ ਲੂਕਾ ਦੀ ਇੰਜੀਲ 11 ਅਧਿਆਏ जो उसने पहला खान तो अगे अपने आप नू नहीं धोता आमीन यीशु मसीह ने फरीसी ने कहा कि बेनती की मेरे नाल रोटी खा यीशु मसीह उन्हां खान बह गया उस फरीसी ने वेख के बड़ा हैरान होया कि इन्हें अपने आप नू पहले धोता नहीं है ना पर प्रभु ने उन्हें आख्या हुण तुसी फरीसी थाली ते छन्ने नू बाहरों मांजदे हो पर तुहाडा अंदर लुट ते बुराई नाल भरिया होया हे मूर्खो जिन्ने बाहर नू बनाया भला उसने अंदर नू भी नहीं बनाया अंदरलियां चीजां नू दान करो तां वेखो सब कुछ तुहाडे लई शुद्ध है ਯਾਨੀ ਇਹ ਦੱਸ ਰਿਹਾ ਕਿ ਤੁਸੀਂ ਬਾਹਰ ਦੀ ਧਾਰਮਿਕਤਾ ਦਿਖਾਉਂਦੇ ਹੋ ਉਹਨੇ ਫਰੀਸੀ ਉਹ ਸਨ ਜਿਹੜੇ ਆਪਣੇ ਆਪ ਤੋਂ ਬਹੁਤ ਵੱਡੀ ਹਨਾ ਇੱਕ ਮੰਨੀ ਪ੍ਰਮਾਨੀ ਦੁਨੀਆਂ ਦੀ ਨਜ਼ਰ ਚ ਇੱਕ ਬਹੁਤ ਵਧੀਆ ਮਿਸ਼ਨ ਉਹਦਾ ਮੈਂਬਰ ਫਰੀਸੀ ਪਰ ਯਿਸੂ ਮਸੀਹ ਉਹਨੂੰ ਕੀ ਕਹਿ ਰਿਹਾ ਪਰ ਤੁਸਾਂ ਫਰੀਸੀਆਂ ਉੱਤੇ ਹਾਏ ਹਾਏ ਕਿਉਂ ਜੋ ਤੁਸੀਂ ਪੂਤਲੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸਵਾਂ ਦਿੰਦੇ ਹੋ ਅਤੇ ਨਿਆਂ ਦੇ ਪਰਮੇਸ਼ਰ ਦੀ ਪ੍ਰੀਤ ਨੂੰ ਉਲੰਘਦੇ ਹੋ ਪਰ ਜੋ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ ਤੁਸਾਂ ਫਰੀਸੀਆਂ ਉੱਤੇ ਹਾਏ ਹਾਏ ਕਿਉਂ ਜੇ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਾਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਕੇ ਹੋ ਤੁਹਾਡੇ ਉੱਤੇ ਹਾਏ ਹਾਏ ਕਿਉਂਕਿ ਤੁਸੀਂ ਉਹਨਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਹਨਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ ਸ਼ਰਾਂ ਦੇ ਸਿਖਾਉਣ ਵਾਲਿਆਂ ਵਿੱਚੋਂ ਇੱਕ ਨੇ ਤੁਹਾਨੂੰ ਉਹਨੂੰ ਉੱਤਰ ਦਿੱਤਾ ਗੁਰੂ ਜੀ ਇਹ ਕਹਿ ਕੇ ਤੂੰ ਸਾਡੀ ਵੀ ਪੱਤ ਲਾਉਂਦਾ ਹੈ ਜਦੋਂ ਯਿਸੂ ਸੀ ਇਹੋ ਜਿਹੀਆਂ ਸਖਤ ਗੱਲਾਂ ਕਰ ਰਿਹਾ ਸੀ ਤੁਹਾਡੇ ਉੱਤੇ ਹਾਏ ਹਾਏ ਤੁਹਾਡੇ ਉੱਤੇ ਹਾਏ ਹਾਏ ਦੋਵਾਂ ਚ ਧਰਮੀ ਕਿਹੜਾ ਲੱਗਦਾ ਉਹ ਜਿਹੜਾ ਹੱਥ ਧੋ ਕੇ ਰੋਟੀ ਖਾਣ ਲੱਗਾ ਜਾਂ ਇਹ ਜਿਹੜਾ ਹਾਏ ਹਾਏ ਕਰਦਾ ਜਿਹੜਾ ਹੱਥ ਧੋਂਦੇ ਉਹ ਧਰਮੀ ਲੱਗਦੇ ਹੈ ਉਹ ਧਰਮੀ ਲੱਗਦੇ ਹੈ ਪਰ ਅਸਲ ਚ ਧਰਮੀ ਯਿਸੂ ਮਸੀਹ ਸੀਗਾ ਜਿਹੜਾ ਬਾਹਰੋਂ ਹੱਥਾਂ ਦੀ ਮੈਲ ਤੋਂ ਨਹੀਂ ਦਿਲ ਦੀ ਪੂਰੀ ਖਰਾਈ ਤੋਂ ਪ੍ਰਭੂ ਦਾ ਬੰਦਾ ਸੀਗਾ ਸ਼ੁੱਧ ਸੀ ਔਰ ਦੂਸਰੇ ਬਾਹਰੋਂ ਮਾਂਜੇ ਹੋਏ ਸਾਫ ਸੀ ਅੰਦਰੋਂ ਨਹੀਂ ਪਰ ਇੱਥੇ ਬੜੀ ਮਜ਼ੇਦਾਰ ਗੱਲ ਜਿਹਨਾਂ ਨੇ ਅੰਦਰ ਦੀਆਂ ਗੱਲਾਂ ਕੀਤੀਆਂ ਇੱਕ ਹੋਰ ਪ੍ਰਚਾਰਕ ਨੇ ਵਿੱਚੋਂ ਬੋਲਿਆ ਕਹਿੰਦਾ ਸ਼ਰਾਬ ਦੇ ਸਿਖਾਉਣ ਵਾਲਿਆਂ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ ਗੁਰੂ ਜੀ ਇਹ ਕਹਿ ਕੇ ਤੂੰ ਸਾਡੀ ਵੀ ਪੱਤ ਲਾਉਂਦਾ ਤੇ ਸਾਡੀ ਵੀ ਬੇਇੱਜ਼ਤੀ ਕਰੀ ਜਾਂਦਾ ਵਿੱਚੇ ਪਰ ਉਹਨੇ ਆਖਿਆ ਤੁਸਾਂ ਸ਼ਰਾਬ ਦੇ ਸਿਖਾਉਣ ਵਾਲੇ ਉੱਤੇ ਵੀ ਹਾਏ ਹਨ ਉਹ ਕਹਿੰਦਾ ਤੂੰ ਸਾਡੀ ਬੇਇੱਜ਼ਤੀ ਕਰਨ ਡਿਆ ਯਿਸੂ ਮਸੀਹ ਨੇ ਕਿਹਾ ਤੁਹਾਡੇ ਤੇ ਵੀ ਹਾਏ ਹਾਏ ਉਹ ਹਾਲੇਲੂਇਆ ਕਿਉਂਕਿ ਯਿਸੂ ਮਸੀਹ ਪਿੱਛੇ ਸਪਿਰਿਟ ਪਛਾਣਦਾ ਸੀ ਕਿ ਇਹਦੇ ਅੰਦਰ ਆਤਮਾ ਕੀ ਹੈ ਇਹ ਭਾਵੇਂ ਸਿਖਾਉਣ ਵਾਲਾ ਹੈ ਪਰ ਇਹਦੇ ਪਿੱਛੇ ਆਤਮਾ ਕੀ ਹੈ ਮਤਲਬ ਇਹ ਹੈ ਕਿ ਦੇਖੋ ਭੈਣੋ ਭਰਾਵੋ ਉਸ ਟਾਈਮ ਇਹੀ ਲੋਕਾਂ ਨੇ ਖਿੱਚ ਕੇ ਫਿਰ ਉਹਨੂੰ ਸਲੀਬ ਤੇ ਚੜਾਏ ਜਾਣ ਦਾ ਪਲਾਨ ਤਿਆਰ ਕੀਤਾ ਜਿਹੜੇ ਧਾਰਮਿਕ ਸੀਗੇ ਹਾਲੇਲੂਇਆ ਸ਼ੈਤਾਨ ਸਦਾ ਹੀ ਧਾਰਮਿਕ ਖੇਤਰ ਚ ਵੜ ਕੇ ਉਹਨੇ ਜ਼ਿਆਦਾ ਧੋਖਾ ਦਿੱਤਾ ਉਦੋਂ ਵੀ ਤੇ ਅੱਜ ਵੀ ਅੱਜ ਵੀ ਚਰਚ ਜਦੋਂ ਅਸੀਂ ਸਭ ਵਿਸ਼ਵਾਸੀ ਇਕੱਠੇ ਹੁੰਦੇ ਹਾਂ ਹਾਲੇਲੂਇਆ ਲੇਕਿਨ ਬਾਹਰ ਸਾਡਾ ਜੀਵਨ ਕੀ ਬਿਆਨ ਕਰਦਾ ਹੈ ਇਹ ਦੱਸਦਾ ਹੈ ਕਿ ਅੰਦਰੋਂ ਧਾਰਮਿਕ ਹਾਂ
ਜਾਂ ਬਾਹਰੋਂ ਇਹਨਾਂ ਫਰੀਸੀਆਂ ਦੇ ਵਾਂਗੂ ਜਦੋਂ ਸਾਡੇ ਸੁਭਾਅ ਨਹੀਂ ਬਦਲੇ, ਜਦੋਂ ਸਾਡੀਆਂ ਆਦਤਾਂ ਨਹੀਂ ਬਦਲੀਆਂ, ਸਾਡੇ ਕੰਮ ਨਹੀਂ ਬਦਲੇ, ਸਾਡੇ ਚ ਹਜੇ ਵੀ ਉਹੀ ਪੁਰਾਣੇ ਜੀਵਨ ਵਾਲੇ ਗੋਲੇ ਆ ਜਿਹੜੇ ਪਹਿਲੇ ਹੁੰਦੇ ਸੀ, ਆਮੀਨ, ਹਜੇ ਵੀ ਝੂਠ ਬੋਲਣ ਤੋਂ ਡਰਦੇ ਨਹੀਂ, ਆਮੀਨ, ਹਜੇ ਵੀ ਅਸੀਂ ਉਹਨਾਂ ਬੁਰੇ ਕੰਮਾਂ ਤੋਂ ਡਰਦੇ ਨਹੀਂ ਜਿਹੜੇ ਨਹੀਂ ਕਰਨੇ ਚਾਹੀਦੇ। ਤਾਂ ਇੱਥੇ ਆ ਕੇ ਭਾਵੇਂ ਅਸੀਂ ਆਈਬ੍ਰੋ ਸਾਡੇ ਠੀਕ ਹੈ, ਹਾਲੇਲੂਇਆ, ਆਮੀਨ, ਅਸੀਂ ਗੀਤ ਗਾਉਂਦੇ ਹਾਂ, ਰੋਲਾ ਪਾਉਂਦੇ ਹਾਂ ਜਾਂ ਸਭ ਕੁਛ ਕਰਦੇ ਹਾਂ, ਪਰਮੇਸ਼ਵਰ ਕਦੇ ਵੀ ਇਸ ਗੱਲ ਨੂੰ ਮਾਨਤਾ ਨਹੀਂ ਦਿੰਦਾ। ਉਹ ਮਾਨਤਾ ਇਸ ਗੱਲ ਦਿੰਦਾ ਹੈ ਕਿ ਕੀ ਤੁਹਾਡਾ ਜਨਮ ਨਵਾਂ ਹੋਇਆ, ਹਾਲੇਲੂਇਆ। ਇਹੀ ਤੇ ਪ੍ਰੋਬਲਮ ਨਹੀਂ ਹੈ ਸ਼ੁਰੂ ਤੋਂ, ਕਿਉਂਕਿ ਕੋਈ ਖੇਤ ਵਿੱਚ ਸ਼ੁਰੂ ਤੋਂ ਹੀ ਦੋ ਤਰ੍ਹਾਂ ਦੇ ਬੀਜ ਰਹੇ, ਹਾਲੇਲੂਇਆ, ਕਣਕ ਵੀ ਔਰ ਜਮੀ ਵੀ ਦੋਵੇਂ ਇਕੱਠੀ ਰਹੇ, ਉਹਦੇ ਮੂੰਹ ਤੱਕ ਚੱਲ ਰਿਹਾ, ਲਾਸਟ ਤੱਕ ਚੱਲਣਾ ਹੈ। ਸਾਨੂੰ ਇਹ ਪਛਾਣਨ ਦੀ ਲੋੜ ਹੈ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਾਂ ਕਿ ਅਸੀਂ ਸੱਚੇ ਬੀਜ ਹਾਂ। ਇੱਕ ਸਵਾਲ ਹੈ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰਗਟ ਕਰੀਏ ਕਿ ਅਸੀਂ ਸੱਚੇ ਬੀਜ ਹਾਂ। ਇਹ ਤਦੇ ਸਾਬਤ ਕਰ ਸਕਦੇ ਹਾਂ ਜਦੋਂ ਅਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਇਆ ਹੋਇਆ ਹੈ, ਕਿਉਂਕਿ ਪਵਿੱਤਰ ਆਤਮਾ ਹੀ ਅਸਲੀ ਸ਼ੁੱਧੀਕਰਨ ਕਰਦਾ, ਅਸਲੀ ਬੰਦੇ ਨੂੰ ਨਵਾਂ ਬਣਾਉਂਦਾ ਹੈ। ਜਦ ਤੱਕ ਉਹ ਪ੍ਰਭੂ ਦਾ ਸੰਪੂਰਨ ਆਤਮਾ ਸਾਡੇ ਸੰਪੂਰਨ ਜੀਵਨ ਨੂੰ ਕੰਟਰੋਲ ਨਹੀਂ ਕਰ ਰਿਹਾ, ਤਾਂ ਹੋ ਸਕਦਾ ਅਸੀਂ ਵੀ ਧਾਰਮਿਕਤਾ ਦੀ ਆੜ ਚ ਹੀ ਹੋਈਏ। ਹਾਲੇਲੂਇਆ, ਆਮੀਨ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ, ਧੰਨਵਾਦ ਹੋਵੇ। ਇੱਥੇ ਹੀ ਦੇਖਦੇ ਕਿ ਉਹ ਰੀਤ ਤਮੀਮ ਦੇ ਰਾਹੀਂ ਵੀ ਜਵਾਬ ਨਹੀਂ ਮਿਲਿਆ, ਸੁਪਨੇ ਦੇ ਰਾਹੀਂ ਵੀ ਜਵਾਬ ਨਹੀਂ ਮਿਲਿਆ, ਹਾਲੇਲੂਇਆ, ਜਾਦੂਗਰਨੀ ਵੀ ਜਿਹਨੇ ਦੇਖੋ, ਇੱਥੇ ਪਰਮੇਸ਼ਵਰ ਦਾ ਨਬੀ ਵੀ ਹੈ ਜਿਹੜਾ ਕਿਸੇ ਸੱਚਾਈ ਨੂੰ ਦੱਸ ਸਕਦਾ ਹੈ, ਦੂਸਰੇ ਪਾਸੇ ਉਹਦੀ ਨਕਲ ਹੈ ਉਹ ਜਾਦੂਗਰਨੀ, ਉਹਨੇ ਵੀ ਵਸ ਕੀਤੇ ਹੋਏ ਦੁਸ਼ਟ ਆਤਮੇ ਜਿਹੜੀ ਆਤਮਾ ਨੂੰ ਕੰਟਰੋਲ ਕਰ ਸਕਦੀ ਹੈ, ਹਾਲੇਲੂਇਆ, ਜਿਹਦਾ ਅੱਜ ਵੀ ਕਰਦੇ ਹੈ, ਦੁਸ਼ਟ ਆਤਮਾ ਨੂੰ ਕੰਟਰੋਲ ਕਰਕੇ ਦੱਸ ਦਿੰਦੇ ਲੋਕਾਂ ਨੇ ਤੇਰਾ ਕੀ ਕੀਤਾ, ਤੈਨੂੰ ਕਿੰਨੇ ਹੋਇਆ, ਕੀ ਹੋਇਆ, ਪਰ ਇਹ ਸਭ ਚੀਜ਼ਾਂ ਜੀਵਨ ਨਹੀਂ ਦੇ ਸਕਦੀਆਂ, ਇਹ ਉਸ ਚੀਜ਼ ਦੀ ਕਿਤੇ ਨਕਲ ਆ, ਅਸਲੀਅਤ ਨਹੀਂ, ਹਾਲੇਲੂਇਆ, ਆਮੀਨ। ਪਰ ਇਹ ਧਾਰਮਿਕ ਖੇਤਰ ਚ ਸ਼ੈਤਾਨ ਵੜ ਕੇ ਸਦਾ ਹੀ ਪਰਮੇਸ਼ਵਰ ਦੇ ਵਚਨ ਦੇ ਵਿਰੋਧ ਚ ਰਿਹਾ, ਪਰਮੇਸ਼ਵਰ ਦੀ ਕਲੀਸਿਆ ਨੂੰ ਦੂਸ਼ਿਤ ਕਰਦਾ ਰਿਹਾ ਸ਼ੁਰੂ ਤੋਂ ਹੀ, ਹਾਲੇਲੂਇਆ, ਸਦਾ ਹੀ ਸਦਾ ਹੀ, ਹਾਲੇਲੂਇਆ, ਹੁਣ ਵੀ ਔਰ ਅੱਗੇ ਤੱਕ ਵੀ। ਬੜਾ ਹੀ ਖਤਰਨਾਕ ਉਦੋਂ ਕੰਮ ਹੁੰਦਾ ਹੈ ਜਦੋਂ ਇਹ ਸ਼ੈਤਾਨ ਵਿਸ਼ਵਾਸੀਆਂ ਚ ਵੜ ਕੇ ਉਹਨਾਂ ਨੂੰ ਧਾਰਮਿਕ ਬਣਾ ਦਿੰਦਾ ਹੈ, ਜਦੋਂ ਧਾਰਮਿਕ ਬਣਾ ਦਿੰਦਾ ਹੈ ਬਹੁਤ ਖਤਰਨਾਕ ਕੰਡੀਸ਼ਨ ਹੈ, ਮਤਲਬ ਕਿ ਉਹ ਪੂਰਾ ਜੀਵਨ ਵੀ ਬਦਲਣ ਨਹੀਂ ਦਿੰਦਾ, ਉਹਨਾਂ ਨੂੰ ਪਾਪੀ ਜੇ ਵੀ ਰਹਿਣ ਨਹੀਂ ਦਿੰਦਾ। ਇਹ ਏਦਾਂ ਦੀ ਕੰਡੀਸ਼ਨ ਹੈ ਜਿੱਥੇ ਬੰਦਾ ਆ ਕੇ ਇਹ ਸੋਚਦਾ ਹੈ ਕਿ ਮੈਂ ਬਪਤਿਸਮਾ ਤੇ ਲਿਆ ਹੀ, ਮੈਂ ਤੇ ਮੈਸੇਜ ਦਾ ਵਿਸ਼ਵਾਸੀ ਹਾਂ, ਮੈਂ ਤੇ ਇੰਨਾ ਕੁਛ ਕੀਤਾ ਹੈ, ਹਾਲੇਲੂਇਆ, ਲੇਕਿਨ ਜਿੱਦਾਂ ਇਹ ਬੁੱਧਵਾਰ ਪ੍ਰਚਾਰ ਕੀਤਾ ਕਿ ਇੰਨਾ ਕਾਫੀ ਹੈ, ਨਹੀਂ, ਅਸੀਂ ਤਦ ਤੱਕ ਧਾਰਮਿਕ ਹੀ ਹਾਂ ਜਦ ਤੱਕ ਅਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਨਹੀਂ ਪਾਇਆ। ਜਦੋਂ ਅਸੀਂ ਨਵਾਂ ਜਨਮ ਪ੍ਰਾਪਤ ਕਰਦੇ ਹਾਂ ਉਦੋਂ ਹੀ ਅਸੀਂ ਧਾਰਮਿਕਤਾ ਦੇ ਖੇਤਰ ਤੋਂ ਉੱਪਰ ਉੱਠਦੇ ਹਾਂ, ਹਾਲੇਲੂਇਆ। ਇਸ ਲਈ ਪਰਮੇਸ਼ਵਰ ਨੂੰ ਅੱਜ ਰੈਪ ਚੱਲੇ ਜਾਣ ਦੇ ਵਾਸਤੇ ਧਾਰਮਿਕ ਲੋਕ ਨਹੀਂ ਬਲਕਿ ਉਹਨੂੰ ਨਵਾਂ ਜਨਮ ਪਾਏ ਹੋਏ ਲੋਕ ਚਾਹੀਦੇ ਆ। ਇਬਰਾਨੀ ਨੇ ਕਿਹਾ ਸ਼ੈਤਾਨ ਹਰੇਕ ਵਰਦਾਨ ਦੀ ਨਕਲ ਕਰ ਸਕਦਾ ਹੈ, ਉਹ ਸਭ ਕੁਛ ਹੀ ਕਰ ਸਕਦਾ ਜਿੱਦਾਂ ਇੱਕ ਵਿਸ਼ਵਾਸੀ ਕਰਦਾ ਹੈ, ਉਹ ਸਭ ਕੁਛ ਕਰ ਸਕਦਾ ਹੈ, ਉਹ ਕੁਛ ਕਰ ਸਕਦਾ ਹੈ, ਲੇਕਿਨ ਉਹ ਪੂਰਾ ਮਰ ਨਹੀਂ ਸਕਦਾ, ਪੂਰਾ ਮਰ ਨਹੀਂ ਸਕਦਾ, ਤੇ ਜਦ ਤੱਕ ਪੂਰਾ ਮਰ ਨਹੀਂ ਸਕਦਾ ਅਸਲੀ ਫਲ ਨਹੀਂ ਆ ਸਕਦਾ। ਹਾਲੇਲੂਇਆ, ਆਮੀਨ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੀ, ਹਾਲੇਲੂਇਆ, ਧੰਨਵਾਦ। ਦੇਖੋ ਇਹ ਧਾਰਮਿਕ ਖੇਤਰ ਸਦਾ ਹੀ ਮਸੀਹ ਦੇ ਜਾਂ ਵਚਨ ਦੇ ਉੱਠ ਰਿਹਾ, ਮਿਕਸ ਰਿਹਾ ਆਦਿ ਤੋਂ ਲੈ ਕੇ ਹੁਣ ਤੱਕ ਵੀ, ਹਾਲੇਲੂਇਆ। ਇੰਨਾ ਹੀ ਵਧੀਆ ਲੋਕਾਂ ਨੇ ਯਿਸੂ ਮਸੀਹ ਨੂੰ ਇਹ ਕਿਹਾ ਕਿ ਤੂੰ ਦੁਸ਼ਟ ਆਤਮਿਆਂ ਦੇ ਸਹਾਰੇ ਦੇ ਨਾਲ ਭੂਤ ਕੱਢਦਾ ਹੈ, ਤੇਰੇ ਕੋਲ ਬਿਮਾਰ ਚੰਗੇ ਹੁੰਦੇ ਕਿਉਂਕਿ ਤੂੰ ਸ਼ੈਤਾਨ ਨੂੰ ਆਪਣੇ ਵਸ ਕੀਤਾ ਹੋਇਆ ਹੈ, ਤੂੰ ਬਾਲ ਜਬੂਲ ਹੈ, ਤੂੰ ਸ਼ੈਤਾਨ ਹੈ। ਯਿਸੂ ਮਸੀਹ ਨੂੰ ਕਹਿੰਦੇ ਸੀ ਕੌਣ ਕਹਿੰਦੇ ਸੀ, ਕੀ ਵਹਿਸ਼ੀਆਂ ਕਹਿੰਦੀਆਂ ਸੀ, ਕੀ ਨਸ਼ੇ ਕਰਨ ਵਾਲੇ ਕਹਿੰਦੇ, ਕੀ ਉਹ ਜਿਹੜੇ ਰੇਪ ਕਰਦੇ ਸੀ ਇਹਨਾਂ ਨੇ ਕਤਲ ਕੀਤੇ ਉਹ ਕਹਿੰਦੇ, ਨਹੀਂ, ਕੌਣ ਕਹਿੰਦੇ, ਉਹ ਜਿਹੜੇ ਧਾਰਮਿਕ ਲੱਗਦੇ ਸੀਗੇ, ਉਹ ਜਿਹੜੇ ਧਾਰਮਿਕ ਲੱਗਦੇ ਆਪਣੇ ਆਪ ਚ ਭਗਤੀ ਕਰਨ ਵਾਲੇ ਸੀ, ਉਹੀ ਵਚਨ ਦੇ ਉਲਟ ਸੀ।
ਉਹੀ ਆਪਣੇ ਸਮੇਂ ਦੇ ਵਚਨ ਨੂੰ ਪਹਿਚਾਣ ਨਹੀਂ ਸਕੇ ਜਿਹੜੇ ਧਾਰਮਿਕ ਲੱਗਦੇ ਸੀ ਤੇ ਕਦੇ ਨਹੀਂ ਇਹ ਦੇਖਦੇ ਕਿ ਉਹ ਸੱਚਾ ਵਚਨ ਸ਼ੁਰੂ ਹੋਈ ਧਾਰਮਿਕਤਾ ਦੇ ਵੱਲੋਂ ਪਛਾਣ ਨਹੀਂ ਸਕਿਆ ਹੋਇਆ ਪਰ ਇੱਕ ਬੰਦੇ ਚ ਜਿੰਦ ਦੋ ਯਾਰ ਦੁਸ਼ਟਾਤਮਾਵਾਂ ਸੀ ਉਹਨੇ ਬੜਾ ਇਲਾਜ ਕਰਾਇਆ ਕਿਤੋਂ ਠੀਕ ਨਹੀਂ ਹੋਇਆ ਇੱਕ ਦਿਨ ਯਿਸੂ ਮਸੀਹ ਸਪੈਸ਼ਲ ਉਹਦੇ ਕੋਲ ਕਿਸ਼ਤੀ ਦਾ ਸਫ਼ਰ ਕਰਕੇ ਸਾਹਮਣੇ ਗਿਆ ਤੇ ਇਹਨਾਂ ਦੋ ਯਾਰ ਦੁਸ਼ਟਾਤਮਾਵਾਂ ਨੇ ਯਿਸੂ ਮਸੀਹ ਨੂੰ ਦੇਖਦੇ ਹੀ ਇਹ ਕਿਹਾ ਕਿ ਤੂੰ ਸਾਨੂੰ ਸਮੇਂ ਤੋਂ ਪਹਿਲਾਂ ਦੁੱਖ ਦੇਣ ਲਈ ਕਿਉਂ ਆ ਗਿਆ ਉਹਨਾਂ ਦੁਸ਼ਟ ਆਤਮਾਵਾਂ ਨੇ ਪਹਿਚਾਣ ਲਿਆ ਕਿ ਇਹ ਪਰਮੇਸ਼ਰ ਦਾ ਪੁੱਤਰ ਹੈ ਜਿਹਨੇ ਇੱਕ ਦਿਨ ਆਤਮਾਵਾਂ ਦਾ ਨਿਆਂ ਕਰਨਾ ਲੇਕਿਨ ਫਰੀਸੀ ਉਹਨੂੰ ਆਪਣੇ ਚਰਚ ਚੋਂ ਬਾਹਰ ਕੱਢ ਦਿੰਦੇ ਫਰੀਸੀ ਕਹਿੰਦੇ ਇਹਨੂੰ ਪਥਰਾਓ ਕਰੋ ਫਰੀਸੀ ਕਹਿੰਦੇ ਇਹ ਕੁਆਰੀ ਤੋਂ ਜੰਮਿਆ ਇਹ ਹਰਾਮ ਦੀ ਸੰਤਾਨ ਹੈ ਦੁਸ਼ਟ ਆਤਮੇ ਪਛਾਣ ਰਹੇ ਪਰ ਧਾਰਮਿਕ ਨਹੀਂ ਪਛਾਣ ਰਹੇ ਤੇ ਲੋਕਾਂ ਨੇ ਕਿਉਂ ਉਹਨਾਂ ਦੇ ਪਿੱਛੇ ਲੱਗ ਕੇ ਸਲੀਬ ਦੋ ਕਿਹਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੰਨੇ ਧਾਰਮਿਕ ਬੰਦੇ ਆ ਇਹ ਗਲਤ ਨਹੀਂ ਕਰ ਸਕਦੇ ਲੇਕਿਨ ਅਸਲੀ ਤੋਲਣਾ ਕਿੰਨੇ ਸੀ ਉਹਨਾਂ ਦੇ ਵਧੀਆ ਕੱਪੜਿਆਂ ਨੇ ਉਹਨਾਂ ਦੀ ਵਧੀਆ ਬੋਲਬਾਣੀ ਨੇ ਵਧੀਆ ਰਵੱਈਏ ਨੇ ਤੋਲਣਾ ਵਚਨ ਨੇ ਸੀ ਉਹ ਯਿਸੂ ਮਸੀਹ ਸਮੇਂ ਦਾ ਵਚਨ ਸੀਗਾ ਜਦੋਂ ਆਪਣੇ ਸਮੇਂ ਦੇ ਵਚਨ ਦੇ ਨਾਲ ਜੀ ਨਹੀਂ ਸਕੇ ਜਾਂ ਉਹਦੇ ਨਾਲ ਖੜੇ ਨਹੀਂ ਹੋ ਸਕੇ ਜਾਂ ਉਹਨੂੰ ਪਹਿਚਾਣ ਨਹੀਂ ਸਕੇ ਤੇਰਾ ਕੋਈ ਮਤਲਬ ਕੀ ਉਹ ਕਿੰਨੇ ਧਾਰਮਿਕ ਲੱਗਦੇ ਆ ਉਹ ਸੱਚਾਈ ਤੋਂ ਖੁੱਝ ਗਏ ਅੱਜ ਵੀ ਇਸ ਤਰ੍ਹਾਂ ਹੀ ਹੈ ਸਾਡੇ ਸਮੇਂ ਦਾ ਸੰਦੇਸ਼ ਨਵਾਂ ਜਨਮ ਪ੍ਰਾਪਤ ਕਰਨਾ ਹੈ ਤੇ ਜਦ ਅਸੀਂ ਵਾਕਈ ਧਾਰਮਿਕਤਾ ਤੋਂ ਕਿਤੇ ਉੱਪਰ ਹਾਂ ਤਾਂ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰਾਂਗੇ ਨਹੀਂ ਤੇ ਮੈਨੂੰ ਕੋਈ ਮਤਲਬ ਨਹੀਂ ਕੋਈ ਬਪਤਿਸਮਾ ਲੈ ਸਕਦਾ ਹੈ ਕੋਈ ਦਸਵੰਧ ਦੇ ਸਕਦਾ ਲਗਾਤਾਰ ਕੋਈ ਪ੍ਰਭੂ ਭੋਜ ਲੈ ਸਕਦਾ ਹੈ ਕੋਈ ਰੋਲਾ ਪਾ ਸਕਦਾ ਕੋਈ ਕੁਛ ਵੀ ਕਰ ਸਕਦਾ ਪਰ ਹਜੇ ਵੀ ਹੋ ਸਕਦਾ ਕਿ ਉਹ ਪੂਰਾ ਬਦਲਿਆ ਹੋਇਆ ਮਸੀਹ ਨਾ ਹੋਵੇ ਹਾਲੇਲੂਇਆ ਆਮੀਨ ਇਹ ਚੀਜ਼ਾਂ ਸਦਾ ਹੀ ਉਲਟ ਰਹੀਆਂ ਯਿਸੂ ਮਸੀਹ ਦੇ ਪਿੱਛੇ ਵੀ ਲੱਗੀਆਂ ਹੋਈਆਂ ਸੀ ਧਾਰਮਿਕਤਾ ਦੇ ਰੂਪ ਚ ਅੱਜ ਵੀ ਏਦਾਂ ਹੀ ਹਾਲੇਲੂਇਆ ਆਮੀਨ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ ਹਾਲੇਲੂਇਆ ਹਾਲੇਲੂਇਆ ਭਰਾਵੋ ਇੰਨਾ ਧਾਰਮਿਕਤਾ ਮੈਂ ਹੀ ਮਾਣ ਸੀਗਾ ਕਈ ਬਹੁਤ ਵਧੀਆ ਹੈ ਅਸੀਂ ਆਪਣੇ ਧਨੀਏ ਦਾ ਵੀ ਤੇ ਸਮਾਨ ਦਿੰਦੇ ਅਸੀਂ ਆਪਣੇ ਮੂੰਹ ਕਦੀ ਹਾਈ ਨਹੀਂ ਕਹਿੰਦੇ ਕਿਸੇ ਨੂੰ